ਕਹਿ ਦिए ਵੀ ਆਪਾਂ ਆਲੋਚਨਾ ਨੇ ਤੁਹਾਡੇ ਅੰਦਰ ਦਾ ਲੇਖਕ ਮਾਰ ਮੇਰੇ ਦੁੱਖ ਦੀ ਨਾੜ ਤੇ ਤੁਸੀਂ ਹੱਥ ਰੱਖਤਾ ਅੰਦਰਲਾ ਜਿਹੜਾ ਕਵੀ ਸੀ ਉਹ ਮਾਰਤਾ ਆਲੋਚਨਾ ਨੇ ਮੇਰੇ ਕੋਲੇ ਚੰਗੀ ਭਲੀ ਇੱਕ ਕਫਤਾ ਦੀ ਵਿਧਾ ਹੈ ਸੀ ਪੁਸਤਕ ਤੇ ਪੁਰਸਕਾਰ ਇਹ ਕਿਤਾਬ ਕਿਉਂ ਪੜ੍ਹਨੀ ਜ਼ਰੂਰੀ ਹੈ ਦੇ ਵਿੱਚ ਕੀ ਡਾਕੂਮੈਂਟੇਸ਼ਨ ਹੈ ਮੇਰੀ ਇਹ ਦਸਕ ਸਾਲਾਂ ਦੀ ਮਿਹਨਤ ਹੈ ਮਾਜੀ ਨਾਲੋਂ ਮਾਲਵਾ ਸਾਹਿਤ ਦੇ ਪੱਖੋਂ ਕਿਵੇਂ ਡਿਫਰੈਂਸ ਤੁਸੀਂ ਕੀ ਦੇਖਦੇ ਹੋ ਸਤਿ ਸ਼੍ਰੀ ਅਕਾਲ ਜੀ ਪ੍ਰੋਗਰਾਮ ਸਾਹਿਤਿਕ ਤੰਦਾਂ ਲੈ ਕੇ ਮੈਂ ਆਦਰਭਾਜ਼ਰ ਹੋ ਗਿਆ ਹਾਂ ਆਸ ਕਰਦਾ ਹਾਂ ਕਿ ਤੁਸੀਂ ਠੀਕ ਠਾਕ ਹੋਵੋਗੇ ਜ਼ਿੰਦਗੀ ਦੇ ਸਾਰੇ ਰੰਗਾਂ ਨੂੰ ਬਖੂਬੀ ਮਾਣ ਰਹੇ ਹੋਵੋਗੇ ਅਕਸਰ ਮੈਂ ਕਹਿਣਾ ਹੁੰਦਾ ਕਿ ਇਨ੍ਹਾਂ ਰੰਗਾਂ ਦੇ ਵਿੱਚ ਥੋੜੇ ਜਿਹੇ ਰੰਗ ਮਿਲਾਉਣ ਮੈਂ ਵੀ ਆ ਗਿਆ ਹਾਂ ਪ੍ਰੋਗਰਾਮ ਸਾਹਿਤਿਕ ਤੰਦਾਂ ਲੈ ਕੇ ਅੱਜ ਸਾਹਿਤਿਕ ਤੰਦਾਂ ਦਾ ਪ੍ਰੋਗਰਾਮ ਬੜਾ ਖਾਸ ਹੋਊਗਾ ਆਮੂਮਨ ਆਪਾਂ ਸਿਰਜਣਾ ਦੀ ਗੱਲ ਕਰਦੇ ਹਾਂ ਅੱਜ ਸਿਰਜਣਾ ਦੀ ਗੱਲ ਤਾਂ ਹੋਣੀ ਹੀ ਹੋਣੀ ਹੈ ਨਾਲ ਆਲੋਚਨਾ ਦੀ ਗੱਲ ਵੀ ਹੋਊਗੀ ਇੱਕ ਸਾਰਥਿਕ ਆਲੋਚਨਾ ਦੀ ਸਾਹਿਤ ਦੇ ਖੇਤਰ ਵਿੱਚ ਸਿਰਜਣਾ ਹੋ ਰਹੀ ਆ ਪਰ ਸਿਰਜਣਾ ਸਹੀ ਹੋ ਰਹੀ ਆ ਗਲਤ ਹੋ ਰਹੀ ਆ ਕੀ ਹੋ ਰਿਹਾ ਆਲੋਚਨਾ ਦਾ ਹੋਣਾ ਇੱਕ ਪੈਨੀ ਨਜ਼ਰ ਦਾ ਹੋਣਾ ਵੀ ਜ਼ਰੂਰੀ ਆ ਜੋ ਦੱਸ ਸਕੇ ਇੱਕ ਪਾਰਖੂ ਨਜ਼ਰ ਵੀ ਜੋ ਲਿਖਿਆ ਜਾ ਰਿਹਾ ਸਾਹਿਤ ਉਹ ਸਹੀ ਆ ਜਾਂ ਕਿਸ ਦਿਸ਼ਾ ਵੱਲ ਜਾ ਰਹੇ ਹੈਗੇ ਆ ਸੋ ਅੱਜ ਜਿਹੜੇ ਸਾਡੇ ਗੈਸਟ ਨੇ ਬੜੇ ਹੀ ਸਲਝੇ ਹੋਏ ਨੇ ਉਨ੍ਹਾਂ ਦਾ ਜਨਮ ਉਹਨਾਂ ਬਾਰੇ ਥੋੜੀ ਜੀ ਜਾਣਕਾਰੀ ਮੈਂ ਤੁਹਾਨੂੰ ਆਪਣੇ ਸ਼ਬਦਾਂ ਦੇ ਵਿੱਚ ਦੇ ਦਿਆਂ ਤਾਂ ਭਾਈ ਰੂਪਾ ਪਿੰਡਾ ਰਾਮਪੁਰਾ ਫੂਲ ਦੇ ਨੇੜੇ ਬਠਿੰਡਾ ਏਰੀਆ ਮਾਲਵੇ ਦਾ ਏਰੀਆ ਭਾਈ ਰੂਪਾ ਪਿੰਡ ਸ੍ਰੀ ਗੁਰੂ ਹਰਗੋਬਿੰਦ ਸਿੰਘ ਦੇ ਅਸ਼ੀਰਵਾਦ ਨਾਲ ਭਾਈ ਰੂਪ ਚੰਦ ਜੀ ਨੇ ਮੋੜੀ ਗੱਡੀ ਸੀਗੀ ਤੇ ਉਸ ਪਿੰਡ ਦਾ ਆਪਣਾ ਇੱਕ ਇਤਿਹਾਸ ਹੈ ਦੀਨਾਂ ਕਾਂਗੜ ਜੀ ਦੇ ਗੁਰੂ ਗੋਬਿੰਦ ਸਿੰਘ ਜੀ ਆਉਂਦੇ ਨੇ ਤਾਂ ਕਹਿੰਦੇ ਇਸ ਪਿੰਡੋਂ ਹੀ ਲੰਗਰ ਜਾਂਦਾ ਸੀ ਉਹਨਾਂ ਲਈ ਸੋ ਲੰਗਰ ਲਈ ਵੀ ਜਾਣਿਆ ਜਾਂਦਾ ਇਹ ਪਿੰਡ ਤੇ ਭਾਈ ਰੂਪੇ ਦੀ ਕਹਿੰਦੇ ਦਾਤੀ ਵੀ ਬੜੀ ਮਸ਼ਹੂਰ ਸੀਗੀ ਹੋਰ ਭਾਈ ਰੂਪੇ ਦੀ ਕੀ ਖਾਸੀਅਤ ਆ ਉਹ ਵੀ ਆਪਾਂ ਜਾਣਾਂਗੇ ਇਸ ਤੋਂ ਇਲਾਵਾ ਜੇ ਸਾਹਿਤਕਾਰ ਬਾਰੇ ਤੁਹਾਨੂੰ ਦੱਸ ਦੇਵਾਂ ਤਾਂ ਉਹਨਾਂ ਦੀਆਂ 12 ਕਿਤਾਬਾਂ ਹੁਣ ਤੱਕ ਆਈਆਂ ਨੇ ਪਹਿਲੀ ਕਿਤਾਬ ਕਵਿਤਾ ਦੀ ਆਈ ਸੀ ਸਿਰਜਣਾ ਸੀ ਉਹਦੇ ਵਿੱਚ ਉਸ ਤੋਂ ਬਾਅਦ ਆਲੋਚਨਾ ਵਾਲੇ ਪਾਸੇ ਉਹਨਾਂ ਦਾ ਰੁਖ ਹੋਇਆ ਮਲਬਈ ਗੌਣ ਤੋਂ ਲੈ ਕੇ ਮਲਬਈ ਕਵਿਸ਼ਰੀ ਤੋਂ ਲੈ ਕੇ ਪੰਜਾਬੀ ਸੱਭਿਆਚਾਰ ਦੇ ਬਾਰੇ ਉਹਨਾਂ ਨੇ ਨਿਠਕੇ ਕੰਮ ਕੀਤਾ 25 ਸਾਲ ਦੇ ਕਹੋ ਜਿਆਦਾ ਸਮੇਂ 25 ਸਾਲ ਤੋਂ ਜਿਆਦਾ ਸਮਾਂ ਉਹਨਾਂ ਨੇ ਅਧਿਆਪਨ ਦੇ ਖੇਤਰ ਵਿੱਚ ਆਪਣੀ ਡਿਊਟੀ ਨਿਭਾਈ ਆ ਤਿੰਨ ਯੂਨੀਵਰਸਟੀਆਂ ਤੋਂ এডਿਕੇਸ਼ਨ ਲਈ ਪੰਜਾਬੀ ਯੂਨੀਵਰਸਿਟੀ ਪਟਿਆਲਾ ਜੀ ਐਨ ਡੀ ਯੂ ਤੇ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਉਸ ਤੋਂ ਇਲਾਵਾ ਜੇ ਮੈਂ ਗੱਲ ਕਰਾਂ ਤਾਂ ਉਹਨਾਂ ਨੇ ਬਤੌਰ ਪ੍ਰਿੰਸੀਪਲ ਦੇ ਤੌਰ ਤੇ ਕੁੱਦੇ ਕਾਲਜ ਐ ਇੱਕ ਉੱਥੇ ਵੀ ਡਿਊਟੀ ਨਿਭਾਈ ਉਸ ਤੋਂ ਇਲਾਵਾ ਡੀਨ ਵੀ ਰਹੇ ਨੇ ਉਹ ਯੂਨੀਵਰਸਿਟੀ ਦੇ ਵਿੱਚ ਅ ਇਹ ਮੈਂ ਜਿਹੜੀਆਂ ਥੋੜੀਆਂ ਜਿਹੀਆਂ ਗੱਲਾਂ ਨੇ ਮੈਂ ਉਹਨਾਂ ਬਾਰੇ ਦੱਸੀਆਂ ਨੇ ਪਹਿਲਾਂ ਉਹਨਾਂ ਦਾ ਸਵਾਗਤ ਕਰ ਲਾਂ ਥੋੜੀਆਂ ਜਿਹੀਆਂ ਗੱਲਾਂ ਹੋਰ ਦੱਸ ਕੇ ਫਿਰ ਆਪਾਂ ਪ੍ਰੋਗਰਾਮ ਸ਼ੁਰੂ ਕਰਾਂਗੇ ਸਰ ਡਾਕਟਰ ਲਾਭ ਸਿੰਘ ਖੀਵਾ ਜੀ ਸਵਾਗਤ ਹੈ ਸਰ ਤੁਹਾਡਾ ਬਹੁਤ-ਬਹੁਤ ਮਿਹਰਬਾਨੀ ਆ ਜੀ ਬਹੁਤ ਬਹੁਤ ਖੁਸ਼ੀ ਹੋਈ ਤੁਹਾਨੂੰ ਮਿਲ ਕੇ ਤੁਹਾਡੀ ਸ਼ੁਰੂਆਤੀਆਂ ਗੱਲਾਂ ਸੁਣ ਕੇ ਸਰ ਤੁਹਾਡਾ ਨਾਮ ਦੇ ਪਿੱਛੇ ਖੀਵਾ ਲੱਗਦਾ ਤੇ ਸੱਚਮੁੱਚ ਮੈਂ ਦੱਸ ਦੇਵਾਂ ਮੈਂ ਖੁਸ਼ੀ ਚ ਖੀਵਾ ਮਹਿਸੂਸ ਕਰ ਰਿਹਾ ਹਾਂ ਤੁਹਾਡੇ ਨਾਲ ਬੈਠ ਕੇ ਵਾਹ ਇਹ ਜਿਹੜੀਆਂ ਮੈਂ ਥੋੜੀ ਜੀ ਜਾਣਕਾਰੀ ਤੁਹਾਡੇ ਬਾਰੇ ਦੱਸੀ ਸੀ ਥੋੜੀ ਜੀ ਹੋਰ ਦੱਸ ਦੇਵਾਂ ਕਿ 1980 ਚ ਤੁਹਾਡੀ ਪਹਿਲੀ ਕਿਤਾਬ ਆਈ ਸੀ ਕਵਿਤਾ ਦੀ ਨਜ਼ਮ ਲਿਖਦੇ ਹੋ ਤੁਸੀਂ ਫਿਰ ਤੁਸੀਂ ਉਸ ਤੋਂ ਬਾਅਦ ਆਲੋਚਨਾ ਵਾਲੇ ਪਾਸੇ ਹੋਗੇ ਇਕਾਂਗੀ ਡਾਕਟਰ ਹਰ ਹਰ ਚਰਨ ਸਿੰਘ ਉਹਨਾਂ ਦੇ ਨਾਟਕਾਂ ਦੇ ਉੱਤੇ ਕੰਮ ਕਰਿਆ ਫਿਰ ਮਲਬਈ ਗਾਉਣ ਦੇ ਉੱਤੇ ਕੰਮ ਕਰਿਆ ਮਲਬਈ ਕੁਵਿਸ਼ਰੀ ਦੇ ਉੱਤੇ ਕੰਮ ਕਰਿਆ 1991 ਹੁਣ 2003 ਦੇ ਵਿੱਚ ਪੰਜਾਬੀ ਸੱਭਿਆਚਾਰ ਤੇ ਕਿਤਾਬਾਂਈ 2006 ਦੇ ਵਿੱਚ ਅਨੰਦਤਾ ਬਲਦੇਵ ਸਿੰਘ ਸੜਕਨਾਮਾ ਦੀ ਕਿਤਾਬ ਦੇ ਉੱਤੇ ਤੁਸੀਂ ਕੰਮ ਕਰਿਆ ਪੁਸਤਕ ਤੇ ਪੁਰਸਕਾਰ ਇੱਕ ਕਿਤਾਬ ਤੁਹਡੇ ਆਈ ਹੈ ਜਿਹਦੇ ਵਿੱਚ 58 ਜਿਵੇਂ ਗਲਤ ਨਾ ਹੋਵਾਂ ਤਾਂ ਜਿਹੜੇ ਕਿਤਾਬਾਂ ਨੇ ਜਿਨ੍ਹਾਂ ਨੂੰ ਅੱਜ ਤੱਕ ਭਾਈ ਵੀਰ ਸਿੰਘ ਤੋਂ ਲੈ ਕੇ ਮੋਹਨਜੀਤ ਤੱਕ ਨਾਮ ਮਿਲੇ ਨੇ ਉਹਨਾਂ ਕਿਤਾਬਾਂ ਦੀ ਬਰੀਫ ਇੰਟਰੋਡਕਸ਼ਨ ਕਹਿੰਦੇ ਤੁਸੀਂ ਦਿੱਤੀ ਹੋਈ ਆ ਉਹਦੇ ਵਿੱਚ ਕੀ ਆ ਕਿਤਾਬਾਂ ਵਿੱਚ ਇਹ ਤੁਸੀਂ ਦੱਸਿਆ ਹੋਇਆ ਇਸ ਤੋਂ ਇਲਾਵਾ ਵਿਊ ਤੇ ਰਿਵਿਊ 2021 ਦੇ ਵਿੱਚ ਕਿਤਾਬ ਆਉਂਦੀ ਜਿਹਦੇ ਵਿੱਚ ਤੁਸੀਂ 30 ਕਿਤਾਬਾਂ ਦਾ ਜ਼ਿਕਰ ਕੀਤਾ ਵੀ ਭਾਈ ਇਹ ਕਿਤਾਬਾਂ ਦੇ ਵਿੱਚ ਆਹ ਕੁਛ ਆ ਇਸ ਤੋਂ ਇਲਾਵਾ ਆ ਸਾਹਮਣੇ ਤੁਸੀਂ ਸਾਨੂੰ ਦਿਖ ਰਹੇ ਹੋ ਬੜੇ ਸੋਹਣੇ ਪੱਗ ਬੰਨੀ ਹੋਈ ਆ ਮਾਲਵੇ ਦੀ ਧਰਤੀ ਮਾਲਵੇ ਦਾ ਨੂਰ ਵੀ ਤੁਹਾਡੇ ਉੱਤੇ ਆਖਰ ਪੰਜਾਬ ਪੰਜਾਬੀ ਇੱਦਾਂ ਨੂਰ ਤੁਹਾਡੇ ਚਿਹਰੇ ਦੇ ਉੱਤੇ ਦਿਖ ਰਿਹਾ ਹੈਗਾ ਸੋ ਸਰ ਇਹ ਤਾਂ ਮੈਂ ਦੱਸਦਾ ਵੀ ਲਾਹਵ ਸਿੰਘ ਖੀਵਾ ਜੀ ਬਾਰੇ ਇਹੇ ਚੀਜ਼ਾਂ ਨੇ ਠੀਕ ਹੈ ਪੇਟ ਕਰੋੜੀ ਦੇ ਹੋ ਤੁਸੀਂ ਅੱਠ ਭੈਣ ਭਰਾਵਾਂ ਚੋਂ ਸਭ ਤੋਂ ਛੋਟੇ ਹੋ ਆ ਮਾਤਾ ਬਚਨ ਕੌਰ ਦੀ ਕੋਖੋਂ ਜਨਮ ਹੋਇਆ ਤੁਹਾਡਾ 952 25 ਜਨਵਰੀ ਪਿਤਾ ਦਾ ਨਾਮ ਸਰਦਾਰ ਜਵਾਰ ਸਿੰਘ ਠੀਕ ਹੈ ਜੀ ਇਹ ਨੌਲੇਜ ਇਨਫੋਰਮੇਸ਼ਨ ਤਾਂ ਮੈਂ ਦੇਤੀ ਤੁਹਾਡੇ ਬਾਰੇ ਅੱਜ ਕੱਲ੍ਹ ਚੰਡੀਗੜ੍ਹ ਰਹਿ ਰਹੇ ਹੈਗੇ ਠੀਕ ਹੈ ਜੀ ਹੁਣ ਤੁਹਾਡੇ ਮੂੰਹੋਂ ਮੈਂ ਜਾਣਣਾ ਸੋਚ ਕੇ ਅੱਖਾਂ ਮੀਚ ਕੇ ਮੜਾ ਜਾਣੋ ਆਪਦੇ ਬਾਰੇ ਇਹ ਵੀ ਡਾਕਟਰ ਲਾਭ ਸਿੰਘ ਖੀਵਾ ਕੌਣ ਲਾਭ ਸਿੰਘ ਖੀਵਾ ਜੇ ਮੈਂ ਸੋਚਦਾ ਕਿ ਘਰੋਂ ਨਾਂ ਨਿਕਲਦਾ ਮੈਂ ਬੀਏ ਕਰਨ ਤੋਂ ਬਾਅਦ ਆਪਣੇ ਦੋਸਤਾਂ ਦੇ ਆਖੇ ਲਾ ਕੇ بی ایڈ کالج ਦੇ ਵਿੱਚ ایڈمیشن ਲਈ ਤੁਰਪਿਆ کئی کالਜਾਂ ਦੇ ਵਿੱਚ ਇੱਕ ਦਿਨ ਵੀ دی ਆਪਣੇ ਸਮੇਂ ਦੇ ਵਿੱਚ ਮੈਂ بی ایڈ ਵਿੱਚ ਅਪਲਾਈ ਕੀਤਾ ਹੋਰਾਂ ਦੋਸਤਾਂ ਦੇ ਨਾਲ ਪਰ ਬਹਿੰਡੇ ਆ ਕੇ ਮੈਂ ਆਪਣੇ ਦੋਸਤਾਂ ਨੂੰ ਕਿਹਾ ਜਿਹੜੀ ਇੱਕ ਮੇਰੇ ਆਪਣੇ ਮਨ ਦੀ ਬਾਤ ਸੀ ਕਿ ਅੱਜ لاسٹ ڈیٹ ਹੈ ਪੰਜਾਬ ਯੂਨੀਵਰਸਿਟੀ ਪਟਿਆਲਾ ਦੇ ਵਿੱਚ ਐਮਏ ਵਿੱਚ ਐਡਮਿਸ਼ਨ ਲੈ ਲਈ ਲੈਣ ਲਈ ਪੰਜਾਬੀ ਐਮਹੈਚ ਐਡਮਿਸ਼ਨ ਲਈ ਤੇ ਮੇਰੇ ਘਰ ਕਹਿ ਦਿਓ ਕਿ ਮੈਂ ਤਾਂ ਪਟਿਆਲੇ ਗਿਆ ਤੇ ਮੈਂ ਪਟਿਆਲੋਂ ਗੱਡੀ ਫੜੀ ਪਟਿਆਲੇ ਲਾਸਟ ਡੇਟ ਹੈ ਸੀ ਪੰਜਾਬੀ ਯੂਨੀਵਰਸਿਟੀ ਪਟਿਆਲਾ ਕੈਂਪਸ ਤੇ ਵਿੱਚ ਅਪਲਾਈ ਕਰਕੇ ਆਇਆ ਉਸ ਤੋਂ ਬਾਅਦ ਮੈਂ ਪਿੱਛੇ ਮੁੜ ਕੇ ਨਹੀਂ ਦੇਖਿਆਗਾ ਕਿ ਮੈਂ ਦੁਬਾਰਾ ਫਿਰ ਘਰ ਦੇ ਵਿੱਚ ਸੈਟਲ ਹੋਣਾ ਫਿਰ ਐਮਏ ਕੀਤੀ ਸਰਕਾਰੀ ਪੱਧਰ ਤੇ ਥਰਮ ਪਲਾਂਟ ਚ ਨੌਕਰੀ ਕੀਤੀ ਐਮਫਲ ਕਰਨ ਚਲਾ ਗਿਆ ਫਿਰ ਮੈਂ ਮੈਨੂੰ ਸਕਾਲਰਸ਼ਿਪ ਮਿਲ ਗਿਆ ਪੰਜਾਬੀ ਮੈਟਿ ਚੰਡੀਗੜ੍ਹ ਦੇ ਵਿੱਚ ਮੈਂ ਪੀ ਐਚ ਡੀ ਕੀਤੀ ਫਿਰ ਇੱਥੇ ਖਾਲਸਾ ਕਾਲਜ ਦੇ ਵਿੱਚ ਗੁਰੂ ਗੋਬਿੰਦ ਸਿੰਘ ਕਾਲਜ ਸੈਕਟਰ 26 ਚੰਡੀਗੜ੍ਹ ਦੇ ਵਿੱਚ ਪ੍ਰੋਫੈਸਰ ਲੱਗਿਆ ਸੋ ਇਸ ਤਰ੍ਹਾਂ ਦਾ ਜਿਹੜਾ ਸਾਰੀ ਮੇਰੀ ਆਪਣੀ ਇੱਕ ਸੋਚ ਹੈ ਸੀ ਕਿ ਪੰਜਾਬੀ ਦੇ ਵਿੱਚ ਮੈਂ ਪੜ੍ਹਨਾ ਲਿਖਣਾ ਤੇ ਆਪਣਾ ਨਾਂ ਵੀ ਬਣਾਉਣਾ ਜਿਹੜਾ ਨਾਮ ਬਣਾਉਣ ਦਾ ਦਿਮਾਗ 'ਚ ਇੱਕ ਚਾਹ ਸੀ ਸੰਕਲਪ ਸੀ ਉਹਦੇ ਕਰਕੇ ਹੀ ਮੈਂ ਲਾਭ ਸਿੰਘ ਖੀਵਾ ਹਾਂ ਜੇ ਮੈਂ ਆਪਣੇ ਘਰੇ ਬਹਿ ਜਾਂਦਾ ਖੇਤੀਬਾੜੀ ਕਰਨ ਲੱਗ ਜਾਂਦਾ ਜਾਂ ਹੋਰ ਕੰਮ ਕਰਨ ਲੱਗ ਜਾਂਦਾ ਤਾਂ ਸ਼ਾਇਦ ਫਿਰ ਮੈਂ ਲਾਭ ਸਿੰਘ ਹੀ ਰਹਿੰਦਾ ਖੀਵਾ ਨਾ ਬੰਦਾ ਜੋ ਕੁਝ ਇਨੀਆਂ ਦੁਸ਼ਮੀਆਂ ਕਿਤਾਬਾਂ ਦਾ ਜ਼ਿਕਰ ਕੀਤਾ ਜੀ ਇੰਨੀ ਮੈਂ ਇੱਕ ਪਿੰਡ 'ਚੋਂ ਉੱਠ ਕੇ ਇੱਕ ਅਨਪੜ੍ਹ ਅਨਪੜ੍ਹ ਪਰਿਵਾਰ ਦੇ ਵਿੱਚ ਉੱਠ ਕੇ ਇਨੀ ਮੈਂ ਪੜ੍ਹਾਈ ਕੀਤੀ ਤੇ ਕਿਤਾਬਾਂ ਲਿਖੀਆਂ ਤਾਂ ਉਹਦੇ ਕਰਕੇ ਹੀ ਮੈਸੂਦ ਹੈ ਅੱਜ ਮੈਂ ਖੀਵੇ ਦੇ ਤੌਰ ਤੇ ਜਾਣਾ ਜਾਨਾ ਤੇ ਨਹੀਂ ਮੈਂ ਪਿੰਡ ਦਾ ਲਾਭਾ ਹੁੰਦਾ ਲਾਭ ਸਿੰਘ ਬਿਲਕੁਲ ਬਿਲਕੁਲ ਅੱਛਾ ਤੁਹਾਡੇ ਨਾਲ ਨਾਲ ਦੋਕ ਜੁੜੀਆਂ ਗੱਲਾਂ ਹੋਰ ਦੱਸਦੇ ਹਾਂ ਧੰਨ ਲਖਾਰੀ ਨਾਨਕਾ ਤੁਹਾਡਾ ਇੱਕ ਕਾਲਮ ਛਪਦਾ ਹੁੰਦਾ ਸੀ ਤੇ ਉਸ ਤੋਂ ਬਿਨਾਂ ਤੁਸੀਂ ਕੇਂਦਰੀ ਪੰਜਾਬੀ ਲੇਖਕ ਸਭਾ ਦੇ ਕਨੂੰ ਪਰਦਾ ਵੀ ਰਹੀ ਹੂੰ ਠੀਕ ਹੈ ਜੀ ਅੱਛਾ ਨਾਂ ਨਾਲ ਲਾਭ ਸਿੰਘ ਲਾਭ ਸਿੰਘ ਖੀਵਾ ਕਦੋਂ ਬਣਿਆ ਲਾਭ ਸਿੰਘ ਖੀਵਾ ਤਾਂ ਜੇ ਮੈਂ ਹੁਣ ਇਸ ਨੂੰ ਤਿਆਗਣੇ ਵੀ ਚਾਹਾਂ ਤਾਂ ਤਿਆਗ ਨਹੀਂ ਸਕਦਾਗਾ ਮੈਂ ਮੈਨੂੰ ਬੜੀ ਲੇਟਰ ਸਟੇ ਤੇ ਕਿਸੇ ਨੇ ਕਿਹਾ ਕਿ ਖੀਵੇ ਤਾਂ ਤਰਖਾਨ ਹੁੰਦੇ ਆ ਤੁਸੀਂ ਭਾਈ ਕਿਉਂ ਲੰਗਰ ਵਾਲਿਓ ਤੇ ਮੈਂ ਤਾਂ ਜਦੋਂ ਖੀਵਾ ਨਾ ਅਜੇ ਸਕੂਲ ਚ ਪੜਦਾ ਹੀ ਸੀ ਗੀਤ ਗੂਜ ਲਿਖਦਾ ਸੀ ਜੀ ਗੀਤ ਲਿਖਣ ਤੋਂ ਬਾਅਦ ਕੋਈ ਗੀਤ ਵੀ ਉੱਥੇ ਮੇਰੇ ਗਾ ਦਿੱਤੇ ਜਾਂਦੇ ਸੀ ਜੀ ਤਾਂ ਮੈਂ ਆਖਿਆ ਵੀ ਜਿਹੇ ਜਾਂ ਰਵਾਜ ਹੁੰਦਾ ਹੈ ਕਿ ਇਹਦੇ ਨਾਲ ਕੋਈ ਤਖੱਲਸ ਲਾਇਆ ਜਾਵੇ ਜੀ ਅਸੀਂ ਆਪਣੇ ਇੱਕ ਦੋ ਦੋਸਤਾਂ ਨਾਲ ਰਲ ਕੇ ਤਖੱਲਸ ਲੱਭਿਆ ਪੰਜਾਬੀ ਦੇਆਂ ਗਾਈਡਾਂ ਚ ਉਹਦੋਂ ਗਾਈਡਾਂ ਗੁੱਡਾ ਮਿਲਦੀਆਂ ਸੀ ਅਕਸਰ ਉਹਦੇ ਜਿਉਂ ਸਾਨੂੰ ਚੰਗਾ ਨਾਜਰਾ ਉਸ ਵੇ ਲੱਗਿਆ ਖੀਵਾ ਲੱਗਿਆ ਇਹ ਕੋਈ ਨੌਵੀਂ ਦਸਵੀਂ ਦੀ ਗੱਲ ਆ ਜਦੋਂ ਮੈਂ ਸਕੂਲ ਚ ਪੜਦਾ ਸੀ ਤੇ ਜਦੋਂ ਮੈਨੂੰ ਕਿਸੇ ਨੇ ਇਹ ਕੁਐਸਚਨ ਕੀਤਾ ਕਿ ਖੀਵੇ ਤਾਂ ਜਿਹੜੇ ਹੈਗੇ ਆ ਉਹ ਤਰਖਾਨ ਹੁੰਦੇ ਆ ਜਾਂ ਗਾਨੇ ਜੈਲ ਸਿੰਘ ਦਾ ਗੋਤਵੀ ਖੀਵਾ ਹੈ ਸੀ ਜਦੋਂ ਤਰਖਾਨ ਹੋਣਾ ਤਾਂ ਮਾੜੀ ਗੱਲ ਤਾਂ ਨਹੀਂ ਸੀ ਪਰ ਮੈਂ ਖੁਦ ਜਿਹੜਾ ਸੀ ਇਸ ਤਰ੍ਹਾਂ ਦਾ ਆਪਦੇ ਨਾਲ ਨਹੀਂ ਸੀ ਜੋੜਨਾ ਚਾਹੁੰਦਾ ਮੈਂ ਕੀਵਾ ਉਹੀ ਰਹਿਣਾ ਚਾਹੁੰਦਾ ਸੀ ਜਿਹੜਾ ਡਿਕਸ਼ਨਰੀ ਦੇ ਵਿੱਚ ਅਰਥ ਹੈ ਜੀ ਜੀ ਬਿਲਕੁਲ ਬਿਲਕੁਲ ਸਰ ਪਿੰਡ ਦੀ ਗੱਲ ਹੋਗੀ ਪਿੰਡ ਤੋਂ ਅੱਗੇ ਚੱਲਣ ਦੀ ਗੱਲ ਹੋਗੀ ਪੜ੍ਹਾਈ ਲਿਖਾਈ ਦੀ ਗੱਲ ਹੋਗੀ ਨਾਂ ਦੇ ਨਾਲ ਤਖੱਲਸ ਦੀ ਗੱਲ ਵੀ ਹੋਗੀ ਠੀਕ ਹੈ ਜੀ ਹੁਣ ਜੇ ਮੈਂ ਗੱਲ ਕਰਾਂ ਪਹਿਲੀ ਕਿਤਾਬ ਤੁਹਾਡੀ ਸੂਫੇ ਬੋਲ ਆਈ ਸੀ ਜਿਹਦੇ ਚ ਤੁਸੀਂ 1980 ਦੇ ਵਿੱਚ ਕਵਿਤਾ ਲਿਖੀ ਹੋਈ ਆ ਕਵਿਤਾ ਲਿਖਣ ਵਾਲਾ ਚਾਣਕਾ ਲੋਚਨਾ ਵਾਲੇ ਪਾਸੇ ਕਿਵੇਂ ਆ ਗਿਆ ਬਹੁਤ ਦਿਲਚਸਪੀ ਵਾਲਾ ਇਹ ਸਵਾਲ ਹੈ ਤੁਹਾਡਾ ਕਿ ਜਦੋਂ ਮੈਂ ਹੁਣ ਸੋਚਦਾ ਐ ਸਟੇ ਤੇ ਆ ਕੇ ਕਿਤਾਬਾਂ ਲਿਖੀਆਂ ਹੁਣ ਵੀ ਲਿਖ ਰਿਹਾ ਹਾਂ ਜਿਹੜੇ ਰਚਨਾਤਮਕ ਸਹਿਤ ਰਚਦੇ ਐ ਉਹ ਕਫਤਾ ਰਚਦੇ ਐ ਚਾਹੇ ਕਹਾਣੀ ਰਚਦੇ ਆ ਚਾਹੇ ਨਾਵਲ ਰਚਦੇ ਆ ਤਾਂ ਕਦੇ-ਕਦੇ ਮੈਨੂੰ ਇਹ ਮਹਿਸੂਸ ਹੋਣ ਲੱਗ ਜਾਂਦਾ ਹੈ ਕਿ ਆਲੋਚਕ ਦੂਜੇ ਨੰਬਰ ਤੇ ਹੈ ਪਹਿਲੇ ਨੰਬਰ ਤੇ ਤਾਂ ਅਸਲ ਵਿੱਚ ਜਿਹੜੇ ਕ੍ਰੀਏਟਿਵ ਰਾਈਟਿੰਗ ਕਰਦੇ ਆ ਅਸਲ ਵਿੱਚ ਪਹਿਲਾ ਨੰਬਰ ਤਾਂ ਉਹਨਾਂ ਦੇ ਹੀ ਹੈ ਉਹ ਜਿਹੜਾ ਕੁਝ ਲਿਖਦੇ ਆ ਉਹਦੇ ਉੱਤੇ ਅਸੀਂ ਫਿਰ ਜਿਹੜੇ ਲੋਚਕਾਂ ਜਾਂ ਕਥਤ ਲੋਚਕਾਂ ਅਸੀਂ ਟਿੱਪਣੀਆਂ ਕਰਦੇ ਹੈਗੇ ਆ ਮੇਰੇ ਕੋਲੇ ਚੰਗੀ ਭਲਾਈ ਇੱਕ ਕਤਾ ਇੱਕ ਕਫਤਾ ਦੀ ਵਿਧਾ ਹੈ ਸੀ ਮੈਂ ਸਟੇਜ ਤੇ ਗੀਤ ਗਾਉਂਦਾ ਵੀ ਸੀ ਲਿਖਦਾ ਵੀ ਸੀ ਲੋਕਾਂ ਨੇ ਗੀਤ ਮੇਰੇ ਉਸ ਵੇਲੇ ਗਾਏ ਵੀ ਤੇ ਫਿਰ ਮੈਂ ਕੱਲਾ ਬੈਠਾ ਸੋਚਦਾ ਕਈ ਵਾਰ ਕਿ ਕੀ ਕਾਰਨ ਸੀ ਕਿ ਮੈਂ ਲੋਚਨਾਵਲ ਕਿਉਂ ਆ ਗਿਆ ਥੋੜੇ ਸਵਾਲ ਦੀ ਜਿਹੜੀ ਸ਼ੁਰੂਆਤ ਆ ਇਥੋਂ ਉਹਦਾ ਜਵਾਬ ਸ਼ੁਰੂ ਹੁੰਦਾ ਹੈ ਕਿ ਜਦੋਂ ਮੈਂ ਐਮਏ ਕਰਨ ਆਇਆ ਅਸਲ ਵਿੱਚ ਤਾਂ ਮੈਨੂੰ ਉਸ ਵੇਲੇ ਹੀ ਪਤਾ ਲੱਗਿਆ ਕਿ ਸਹਿਤ ਹੁੰਦਾ ਕੀ ਹੈ ਮੈਂ ਬੀਏ ਦੇ ਵਿੱਚ ਕੋਈ ਸੋਲ ਸਾਇੰਸ ਨਹੀਂ ਪੜੀਗੀ ਜੀ ਸੋਲ ਸਾਇੰਸ ਨਾ ਪੜਨ ਕਰਕੇ ਬੀਐਡ ਚ ਮੇਰਾ ਐਡਮਿਸ਼ਨ ਹੋਣਾ ਵੀ ਔਖਾ ਸੀ ਤਾਂ ਉਸ ਵੇਲੇ ਦੇ ਸਿਲੇਬਸ ਦੇ ਮੁਤਾਬਕ ਮੈਂ ਇੰਗਲਿਸ਼ ਲਿਟਰੇਚਰ ਤੇ ਪੰਜਾਬੀ ਲਿਟਰੇਚਰ ਹੀ ਪੜੇ ਉਸ ਵੇਲੇ ਤੁਸੀਂ ਇਸ ਤਰ੍ਹਾਂ ਦੇ ਸਬਜੈਕਟ ਲੈ ਸਕਦੇ ਸੀ ਮੈਨੂੰ ਆਪਦੇ ਟੀਚਰ ਨੇ ਰੋਕਿਆ ਵੀ ਕਿ ਤੂੰ ਸੋਸ਼ਲ ਸਾਇੰਸ ਕਿਉਂ ਨਹੀਂ ਕੋਈ ਪੜ ਰਿਹਾਗਾ ਔਖਾ ਹੋ ਜਾਏਗਾ ਪਰ ਮੈਂ ਜਦੋਂ ਟੀਚਰ ਵਿੱਚ ਹੀ ਰਹਾ ਤਾਂ ਫਿਰ ਮੈਂ ਗੱਲ ਉੱਥੇ ਲੈ ਕੇ ਆਉਣਾ ਕਿ ਮੈਂ ਜਦੋਂ ਪੰਜਾਬੀ ਯੂਨੀਵਰਸਿਟੀ ਪਟਿਆਲਾ ਆਇਆ ਟੀਚਰਾਂ ਦਾ ਵਾਹ ਪਿਆ ਕੋਈ ਲਿਟਰੇਚਰ ਪੜਿਆ ਸੀ ਉਦੋਂ ਹੀ ਮੈਨੂੰ ਪਤਾ ਲੱਗਿਆ ਕਿ ਲਿਟਰੇਚਰ ਹੁੰਦਾ ਕੀ ਹੈ ਜਦੋਂ ਤੁਹਾਡੇ ਵਿੱਚ ਇਹ ਚੇਤਨਤਾ ਆ ਜਾਏ ਕਿ ਲਿਟਰੇਚਰ ਹੁੰਦਾ ਕੀ ਹੈ ਤਾਂ ਫਿਰ ਅਲੋਚਨਾ ਦੇ ਬੀਜ ਵੀ ਉਗ ਪੈਂਦੇ ਹੈਗੇ ਜੀ ਜਦੋਂ ਮੈਨੂੰ ਇਹ ਪਤਾ ਕਿ ਲਿਟਰੇਚਰ ਹੁੰਦਾ ਕੀ ਹੈ ਤਾਂ ਫਿਰ ਮੇਰੇ ਵਿੱਚ ਜਿਹੜੀ ਆਲੋਚਨਾ ਕਰਨ ਦੀ ਭਾਵਨਾ ਜਾਗੀ ਆਰਟੀਕਲ ਲਿਖਣ ਲੱਗ ਗਿਆ ਪੇਪਰ ਪੜਨ ਲੱਗ ਗਿਆ ਆਰਟੀਕਲ ਛਪਣ ਲੱਗੇ ਥੋੜੀ ਬਹੁਤੇ ਫੋਨ ਆਉਣ ਲੱਗੇ ਉਦੋਂ ਫੋਨ ਤਾਂ ਨਹੀਂ ਸੀ चिट्टੀਆਂ ਆਉਣ ਲੱਗੀਆਂ ਤਾਂ ਮੈਨੂੰ ਜਿਹੜਾ ਅੱਜ ਅਫਸੋਸ ਹੈ ਕਿ ਮੈਂ ਕਪਤਾ ਦੇ ਵਿੱਚ ਬਿਲਕੁਲ ਹੀ ਚੁੱਪ ਹੋ ਗਿਆ ਨਾਲ ਨਾਲ ਚੱਲਦਾ ਰਹਿਣਾ ਚਾਹੀਦਾ ਸੀ ਨਾਲ ਨਾਲ ਚੱਲਦਾ ਰਹਿਣਾ ਚਾਹੀਦਾ ਸੀ ਕਪਤਾ ਜਦੋਂ ਕਿਤੇ ਜਿਹਨੂੰ ਕਹਿੰਦੇ ਕੈਦੀਏ ਵੀ ਆਪਾਂ ਆਲੋਚਨਾ ਨੇ ਤੁਹਾਡੇ ਅੰਦਰ ਦਾ ਲੇਖਕ ਮਾਰਤਾ ਬਾ ਸਹੀ ਹੈ ਬਿਲਕੁਲ ਬਿਲਕੁਲ ਮੇਰੇ ਦੁੱਖ ਦੀ ਨਾੜ ਤੇ ਤੁਸੀਂ ਹੱਥ ਰੱਖਤਾ ਕਿ ਮੇਰਾ ਅੰਦਰਲਾ ਜਿਹੜਾ ਕਵੀ ਸੀ ਉਹ ਮਾਰਤਾ ਆਲੋਚਨਾ ਨੇ ਮੈਂ ਹੁਣ ਅਗਲੀ ਜਿਹੜੀ ਕਿਤਾਬ ਮੇਰੀ ਹੁਣ ਆਏਗੀ ਅਗਲੀ ਜਲਦੀ ਆ ਜਾਣੀ ਹੈਗੀ ਹੈ ਅਗਲੀ ਕਿਤਾਬ ਮੇਰੀ ਕਫਤਾ ਦੀ ਆਏਗੀ ਬਹੁਤ ਸਾਰੇ ਕਫਤਾ ਮੈਂ ਲਿਖੀਆਂ ਹਨ ਹੋਰ ਬੜੇ ਬੜੇ ਕੁਝ ਫਿਰ ਵਿੱਚੋਂ ਪੈ ਜਾਂਦੇ ਆ ਕਿਤਾਬ ਤੇ ਲਿਖ ਦੋ ਆਜ ਤੇ ਲਿਖ ਦੋ ਇਹ ਤੇ ਪੇਪਰ ਲਿਖ ਦੋ ਉਹ ਮੈਂ ਸਾਰਾ ਤੁਸੀਂ ਕੀ ਆ ਵੀ ਵਿੱਚ ਜਦੋਂ ਤੁਸੀਂ ਲੋਕਾਂ ਦੇ ਮੰਨ ਲਾ ਕਿਤਾਬਾਂ ਦੇ ਰਿਵਿਊ ਲਿਖਣ ਲੱਗ ਗਏ ਲੋਕਾਂ ਦੇ ਬੜੇ ਫੋਨ ਆਉਣ ਲੱਗ ਗਏ ਫੋਨ ਤਾਂ ਫਿਰ ਲੇਖਕਾਂ ਦੇ ਵੀ ਆਉਂਦੇ ਹੋਣਗੇ ਆ ਲੇਖਕਾਂ ਦੇ ਫੋਨ ਕਾ ਦੇਲੀ ਉਮੀ ਸਾਡੀ ਕਿਤਾਬ ਦਾ ਰਿਵਿਊ ਕਰ ਦੋ ਹਾਂ ਉਹ ਤਾਂ ਹੈ ਹੀ ਹੈ ਉਹ ਤਾਂ ਹੈ ਹੀ ਹੈ ਸਮਾਜ ਚ ਰਹਿਨੇ ਆ ਜੇ ਕੋਈ ਮੂੰ ਮੱਥੇ ਲੱਗਦਾ ਹੈਗਾ ਤਾਂ ਲਿਖਣਾ ਵੀ ਪੈਂਦੇ ਹੈਗੇ ਹੈ ਕਈ ਕਿਤਾਬ ਚੰਗੀ ਹੁੰਦੀ ਹੈ ਉਹ ਤੇ ਲਿਖੇ ਲਿਖਿਆ ਵੀ ਜਾਂਦਾ ਹੈਗਾ ਆਖਰ ਲੋਚਨਾ ਚ ਥੋੜਾ ਬਹੁਤਾ ਤੇ ਮੇਰਾ ਅਗਲਾ ਸਵਾਲ ਵੀ ਇਸੇ ਸਵਾਲ ਨਾਲ ਜੁੜਿਆ ਹੋਇਆ ਜਦੋਂ ਲੇਖਕਾਂ ਦਾ ਫੋਨ ਆਉਂਦਾ ਮੇਰੀ ਕਿਤਾਬ ਤੇ ਤੁਸੀਂ ਲਿਖੋ ਜੇ ਤੁਸੀਂ ਕਿਤੇ ਥੋੜਾ ਜਿਹਾ ਤਲਖ ਲਿਖਤਾ ਹੋਵੇ ਤੁਹਾਨੂੰ ਜਿਵੇਂ ਸਹੀ ਲੱਗਿਆ ਹੋਵੇ ਤਾਂ ਤੁਹਾਡੇ ਆਲੋਚਨਾ ਕਰਕੇ ਕੋਈ ਤੁਹਾਡੇ ਨਾਲ ਉਹ ਤਾਂ ਨਾ ਹੀ ਹੋਇਆ ਵੀ ਤੁਹਾਡੀ ਥੋੜੀ ਥੋੜੀ ਸਵਾਲ ਸਮਝ ਗਿਆ ਮੈਂ ਪਰ ਮੈਂ ਥੋੜਾ ਜਿਹਾ ਇਨਾਂ ਕ ਬੈਲੈਂਸ ਚੱਲਿਆ ਹੈ ਆਲੋਚਨਾ ਦੇ ਵਿੱਚ ਕਿ ਮੈਂ ਇਸ ਨੂੰ ਇਸ ਤਰ੍ਹਾਂ ਦਾ ਨਹੀਂ ਬਣਾਇਆ ਕਿ ਕਿਸੇ ਦਾ ਮੇਰੇ ਮੂੰਹ ਤੇ ਲੰਬਾ ਆਵੇ ਮੇਰੇ ਮਗਰ ਕਿਸੇ ਨੇ ਕੁਝ ਕਿਹਾ ਰੋਚਨਾ ਮਾੜੀ ਸੀ ਚੰਗੀ ਸੀ ਇੰਬੈਲੈਂਸ ਸੀ ਇਹ ਚ ਸੰਤੁਲਨ ਨਹੀਂ ਸੀ ਕੋਈ ਬੈਗ ਤੇ ਕੋਈ ਆ ਜੇ ਆ ਜੇ ਪਰ ਮੇਰਾ ਇਹ ਜਾਂ ਕਿਸੇ ਲੇਖਕ ਦੇ ਨਾਲ ਰਿਸ਼ਤਾ ਖਰਾਬ ਨਹੀਂ ਹੋਇਆ ਕਿ ਮੈਂ ਉਹਦੀ ਕਿਤਾਬ ਦੇ ਬਾਰੇ ਜਦੋਂ ਕੋਈ ਲਿਖਿਆ ਤਾਂ ਉਹਦੇ ਵਿੱਚ ਮੈਂ ਕੋਈ ਇਹੋ ਜੀ ਗੱਲ ਕੀਤੀ ਮੈਨੂੰ ਇਹ ਜਾਂ ਕੋਈ ਨਹੀਂਗਾ ਇਸ ਤਰ੍ਹਾਂ ਦੀ ਨਹੀਂ ਮਤਲਬ ਵੀ ਤੁਸੀਂ ਆਲੋਚਨਾ ਨੂੰ ਆਪਣੇ ਤਰਫ ਤੋਂ 100% ਸਹੀ ਨਿਭਾਇਆ ਜਿੰਨਾ ਕਿ ਤੁਸੀਂ ਹਾਂ ਮੈਂ ਮੈਂ ਇਸ ਤਰ੍ਹਾਂ ਆਪਾਂ ਐ ਤਾਂ ਨਾ ਕਹੀਏ ਪਰ ਮੈਂ ਆਪਣਾ ਯਤਨ ਕੀਤਾ ਹੈ ਕਿ ਜਿਹੜੀ ਲੋਚਨਾ ਹੈਗੀ ਆ ਉਹ ਨਿਰਪੱਖ ਰਹਿ ਕੇ ਉਹ ਨਿਰਪੱਖ ਸਾਰਥਕ ਟੈਕਸਟ ਨੂੰ ਸਮਝ ਕੇ ਕਿਤਾਬ ਪੜ੍ਹ ਕੇ ਇਸ ਤਰ੍ਹਾਂ ਦਾ ਮੈਂ ਲੋਚਨਾ ਚ ਕੰਮ ਕਰਦਾ ਰਿਹਾ ਬਿਲਕੁਲ 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 ਜੀ ਅੱਛਾ ਤੁਹਾਡਾ ਨਾ ਅਲੋਚਨਾ ਦੇ ਵਿੱਚ ਕਾਫੀ ਵਾਸਟਾ ਕੰਮ ਤੁਹਾਡਾ ਚਾਹੇ ਪੁਸਤਕ ਤੇ ਪੁਰਸਕਾਰ ਹੋਗੇ ਚਾਹੇ ਵਿਊ ਤੇ ਰਿਵਿਊ ਹੋਗੀ ਜੇ ਉਸ ਤੋਂ ਪਹਿਲਾਂ ਦੀ ਗੱਲ ਕਰੀਏ ਤਾਂ ਤੁਸੀਂ ਮਲਬਈ ਗਾਉਣ ਦੇ ਉੱਤੇ ਵੀ ਕੰਮ ਕਰਿਆ ਹੈ ਮਲਬਈ ਕਵਿਸ਼ਰੀ ਦੇ ਉੱਤੇ ਵੀ ਕੰਮ ਕਰਿਆ ਉਹਦੇ ਬਾਰੇ ਥੋੜਾ ਜਿਹਾ ਦੱਸਿਓ ਹਾਂ ਉਹ ਉਹਦੇ ਬਾਰੇ ਗੱਲ ਇਹ ਸੀ ਕਿ ਮੈਂ ਜਦੋਂ ਐਮਫਿਲ ਕਰਨ ਗਿਆ ਤਾਂ ਮੇਰਾ ਵਾ ਬਹੁਤਾ ਪਿਆ ਸਤਕਾਰਯੋਗ ਡਾਕਟਰ ਕਰਨੈਲ ਸਿੰਘ ਥਨ ਦੇ ਨਾਲ ਜਿਹੜੇ ਪੰਜਾਬੀ ਦੇ ਪਹਿਲੇ ਲੋਕ ਜਾਣਦੇ ਵਿਦਵਾਨ ਸੀ ਤੇ ਇਹਦੇ ਨਾਲ ਹੀ ਮੇਰਾ ਵਾ ਪਿਆ ਮੇਰੇ ਗੁਰੂਦੇਵ ਡਾਕਟਰ ਗਰਬਖ ਸਿੰਘ ਫ੍ਰੈਂਕ ਦੇ ਨਾਲ ਜਿਨ੍ਹਾਂ ਨੇ ਬਹੁਤ ਸਾਰਾ ਅਨੁਵਾਦ ਵੀ ਕੀਤਾ ਹੈ ਉਹ ਆਪਣੇ ਤੌਰ ਤੇ ਇੱਕ ਇਹੋ ਜਿਹਾ ਵਿਦਵਾਨ ਸੀ ਜਿਨ੍ਹਾਂ ਨੂੰ ਕਲਚਰ ਦੀ ਸਮਝ ਸੀ ਕਲਚਰ ਦੇ ਉੱਤੇ ਨੇ ਕੰਮ ਕਰਾਉਣਾ ਸੀ ਤਾਂ ਮੈਨੂੰ ਜਦੋਂ ਉਹਨਾਂ ਨੇ ਕਿਹਾ ਵੀ ਐਮਫਲ ਦਾ ਜਿਹੜਾ ਮੈਂ ਆਪਣਾ ਜਿਹੜਾ ਡਾਇਟੇਸ਼ਨ ਲਿਖਣਾ ਸੀ ਤਾਂ ਤੂੰ ਕਾਇਤੇ ਕਰੇਗਾ ਜੀ ਤਾਂ ਮੈਂ ਇਹ ਕਿਹਾ ਕਿ ਮੈਂ ਖੇਤਰੀ ਕੰਮ ਕਰਾਂਗਾ ਫੀਲਡ ਦੇ ਵਿੱਚ ਤੇ ਤੁਹਾਡੇ ਮਾਝੇ ਦੇ ਵਿੱਚ ਰਹਿ ਕੇ ਮੈਂ ਜਿਹੜੇ ਮਾਲਵੇ ਦੇ ਲੰਮੇ ਗਾਉਣ ਹੈ ਉਹ ਇਕੱਠੇ ਕਰਕੇ ਮੈਂ ਉਹਨਾਂ ਦੇ ਕੰਮ ਕਰਾਂਗਾ ਸੋ ਮੇਰੀ ਜਿਹੜੀ ਅਕੈਡੈਮਿਕ ਲੋਡ ਸੀ ਉਸ ਲੋਡ ਨੇ ਮੈਨੂੰ ਮਾਲਵੇ ਦੇ ਕਲਚਰ ਦੇ ਵੱਲ ਉਸ ਲੋਡ ਨੇ ਮੈਨੂੰ ਲਾਇਆ ਤੇ ਉਸ ਤੋਂ ਬਾਅਦ ਜਿਹੜੇ ਮਾਲਵੇ ਦੇ ਕਲਚਰ ਦੇ ਕੋਈ ਵੱਡੇ ਸਰੋਕਾਰ ਸੀ ਜੇ ਮੱਗ ਜਾ ਕੇ ਕਿ ਜੇ ਗੱਲ ਹੋ ਵੀ ਤਾਂ ਜੇ ਸਾਡੇ ਕੋਲ ਇੱਕ ਵਿਸ਼ਰੀ ਹੈ ਸੀ ਵਿਸ਼ਰੀ ਦੀ ਕਲੈਕਸ਼ਨ ਬੜੀ ਹੋਈ ਗਾਈ ਵੜੀ ਗਈ ਵਿਸ਼ਰੀ ਮੱਝ ਦੇ ਕਿਸੇ ਨਾਲੋਂ ਕਿਉਂ ਫਰਕ ਸੀ ਉਹਦਾ ਕੀ ਕਾਰਨ ਸੀ ਵਿਸ਼ਰੀ ਮੱਝ ਚ ਕਿਉਂ ਨਾ ਗਈ ਸਾਡੀ ਕਿਉਂ ਕਿਉਂ ਇੱਥੇ ਉਪਜੀ ਇਹ ਇਹ ਕੁਝ ਵੱਡੇ ਸਰੋਕਾਰਾਂ ਦੇ ਨਾਮ ਰੱਖ ਕੇ ਫਿਰ ਮੈਂ ਮਾਲਵੇ ਦੇ ਉੱਤੇ ਕੰਮ ਕਰਨਾ ਸ਼ੁਰੂ ਕੀਤਾ ਮਾਝੇ ਦੇ ਵਿੱਚ ਕਿੱਸਾ ਕਾਬਜਾਦਾ ਸੀਗਾ ਉਧਰ ਕੁਵਿਸ਼ਰੀ ਨਹੀਂ ਸੀ ਨਹੀਂ ਕੁਵਿਸ਼ਰੀ ਨਹੀਂ ਸੀ ਕਿਉਂਕਿ ਮਾਝ ਆਪਣੇ ਤੌਰ ਤੇ ਲਾਹੌਰ ਦੇ ਨਾਲ ਜੁੜਿਆ ਹੋਇਆ ਸੀ ਤੇ ਮੱਧਕਾਲ ਦੇ ਵਿੱਚ ਜਿਹੜੀ ਕਿੱਸਾਕਾਰੀ ਸੀ ਉਹ ਸਾਰੀ ਸਾਡੀ ਲਾਹੌਰ ਮਾਝਾ ਤੇ ਜਿੱਨਾ ਅੰਮ੍ਰਿਤਸਰ ਇਹਦੇ ਵਿੱਚ ਹੀ ਉਹ ਹੈ ਸੀ ਸਾਡੇ ਕੋਲੇ ਉਸ ਤਰ੍ਹਾਂ ਦੀ ਕਿੱਸਾਕਾਰੀ ਨਹੀਂ ਮਿਲਦੀਗੀ ਜਿਹੜੀ ਕਿਸਾਕਾਰੀ ਦੇ ਆਪਾਂ ਕਹਿੰਦੇ ਆ ਕਿਸਾਕਾਰੀ ਦੇ ਆਹਾ ਸਹਿਤਿਕ ਵਿਸ਼ੇਸ਼ਤਾਈਆਂ ਕਿਸਾਕਾਰਾਂ ਦੀਆਂ ਉਹ ਉਹਨੂੰ ਆਪਾਂ ਡਿਫਾਈਨ ਕਿਵੇਂ ਕਰੀਏ ਸਾਡੀ ਜਿਹੜੀ ਸਾਡੀ ਕਿਸਾਕਾਰੀ ਸੀ ਜਿਹਨੂੰ ਅਸੀਂ ਕਦਰ ਤੌਰ ਤੇ ਕਵੀਸ਼ਰੀ ਕਹਿੰਦੇ ਆ ਸਾਡੀ ਉਸ ਕਿਸਾਕਾਰੀ ਵਰਗੀਆਂ ਉਹਦੇ ਵਿੱਚੋਂ ਅਸੀਂ ਸਹਿਤਿਕ ਵਿਸ਼ੇਸ਼ਤਾਵਾਂ ਨਹੀਂ ਲੱਭ ਸਕਦੇ ਇਹਦੀਆਂ ਆਪਣੀਆਂ ਹੀ ਇਸ ਖਿੱਤੇ ਦੀਆਂ ਵੱਖਰੀਆਂ ਵਿਸ਼ੇਸ਼ਤਾਈਆਂ ਉਹ ਤੇ ਕੰਮ ਵੀ ਮੈਂ ਕੀਤਾ ਬਿਲਕੁਲ ਬਿਲਕੁਲ ਸਰ ਕੀ ਕਾਰਨ ਆ ਵੀ ਪਹਿਲਾਂ ਵਾਲਾ ਸਵਾਲ ਹੀ ਮੈਂ ਪੁੱਛਾਂ ਜਿਹੜਾ ਮਾਲਵੇ ਦੀ ਕਵਿਸ਼ਰੀ ਜਾਦਾ ਮਸ਼ਹੂਰ ਹੋਈ ਬਾਬੂ ਰਾਜਬਲੀ ਤੋਂ ਲੈ ਕੇ ਹਨਾ ਗਾਉਂ ਦੇ ਵੀ ਗਾਉਣ ਵੀ ਹੁੰਦੇ ਸੀਗੇ ਅਲੱਗ-ਅਲੱਗ ਹਨਾ ਮਾਝੀ ਨਾਲੋਂ ਮਾਲਵਾ ਸਾਹਿਤ ਦੇ ਪੱਖੋਂ ਕਿਵੇਂ ਡਿਫਰੈਂਸ ਤੁਸੀਂ ਕੀ ਦੇਖਦੇ ਹੋ ਵੇਖੋ ਜਿਹੜਾ ਇਹ ਤੁਸੀਂ ਸਵਾਲ ਕੀਤਾ ਹੈ ਮੈਨੂੰ ਇਹ ਸਵਾਲ ਦੀ ਮਹੱਤਤਾ ਤੇ ਇਹ ਸਵਾਲ ਦੀ ਖੁਸ਼ੀ ਏਸ ਲਈ ਹੈ ਕਿ ਜਿਹੜਾ ਕੁਝ ਕਵੀਸ਼ਰੀ ਤੇ ਹੁਣ ਤੱਕ ਕੰਮ ਹੋਇਆ ਉਹ ਜਾਂ ਤਾਂ ਕਵੀਸ਼ਰੀ ਦੀ ਕਲੈਕਸ਼ਨ ਕੀਤੀ ਗਈ ਜਾਂ ਕਵੀਸ਼ਰੀ ਗਾਈ ਗਈ ਜੀ ਇਸ ਤੋਂ ਬਿਨਾਂ ਆਕਾਦਮ ਕਬੱਦਰ ਤੇ ਕਵੀਸ਼ਰੀ ਹੈ ਕੀ ਕਵੀਸ਼ਰੀ ਦਾ ਜਿਸ ਤਰ੍ਹਾਂ origin ਹੋਇਆ ਇਹਦੀ ਉਤਪਤੀ ਜਿਸ ਤਰ੍ਹਾਂ ਹੋਈ ਮਾਲਵੇ ਖੇਤਰ ਚ ਹੀ ਕਿਉਂ ਹੋਈ ਜਿਹੜੇ ਕਾਲ ਦੇ ਵਿੱਚ ਆ ਕੇ ਕਿੱਸਾ ਕਾਵ ਮਾਝੇ ਦੇ ਵਿੱਚ ਆਪਣੇ ਸੋਕੇ ਵੱਲ ਚਲਾ ਰਿਹਾ ਚਲਾ ਜਾਂਦਾ ਹੈ ਜੀ ਤੇ ਕਵੀ ਸ੍ਰੀ ਉਸ ਵੇਲੇ ਅਸਲ ਵਿੱਚ ਇੱਥੇ ਲਗਰਾਂ ਕੱਢਦੀ ਹੈ ਮਾਲ ਵਿੱਚ ਜੇ ਸੀ ਇਸ ਨੂੰ ਦੇਖੀਏ ਜੇ ਰਜੀਤ ਸਿੰਘ ਕਾਲ ਤੋਂ ਬਾਅਦ 1850 ਤੋਂ ਬਾਅਦ ਜਿਹੜਾ ਕਿੱਸਾ ਕਾਵ ਹੈ ਉਹ ਆਪਣੇ ਤੌਰ ਤੇ ਜੇ ਕਹੀਏ ਸੋਕੇ ਵਿੱਚ ਪੈ ਜਾਂਦਾ ਹੈ ਤੇ ਖਤਮ ਹੋਣ ਵਾਲੇ ਪਤਨ ਵਰਜ ਜਿਵੇਂ ਨਦੀ ਜਦੋਂ ਜਾਂਦੀ ਜਾਂਦੀ ਹੈ ਨਾ ਫਿਰ ਛੋਟੇ ਛੋਟੇ ਰਹਿ ਜਾਂਦੇ ਠੀਕ ਹੈ ਠੀਕਾ ਚੂਹਾ ਬਣ ਜਾਂਦੀਆਂ ਚੂਹਾ 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 ਬਣ ਜਾਂਦੀਆਂ ਉਹ ਚੂਹਾ ਦੇ ਰੂਪ ਚ ਕਵਿਸ਼ਰੀ ਆਈ ਉਹ ਚੂਹਾ ਜਿਹੜੇ ਅਸੀਂ ਮੱਝੇ ਚ ਉਹ ਚੂਹਾ ਥੋੜੇ ਬਹੁਤੇ ਹੁੰਦੀਆਂ ਰਹੀਆਂ ਪਰ ਆਪਣੇ ਭਰਪੂਰ ਜੀਵਨ ਦੇ ਵਿੱਚ ਜਿਹੜੀ ਕਵਿਸ਼ਰੀ ਆਈ ਸੀ ਉਸ ਸਮੇਂ ਦੇ ਵਿੱਚ 1850 ਤੋਂ ਬਾਅਦ ਉਸ ਸਮੇਂ ਕਵਿਸ਼ਰੀ ਮੱਝ ਜਿਹੜੀ ਮਾਲ ਵਿੱਚ ਕਿਉਂ ਪੈਦਾ ਹੋਈ ਇੱਕ ਤਾਂ ਇਹ ਕੁਐਸਚਨ ਹੈਗਾ ਇਹ ਤੇ ਕੰਮ ਨਹੀਂ ਹੋਇਆ ਥਿਓਰੀਟੀਕਲੀ ਕੰਮ ਨਹੀਂ ਹੋਇਆ ਜਿਹੜਾ ਕਿ ਮੈਂ ਆਧੀ ਕਿਤਾਬ ਦੇ ਵਿੱਚ ਕੀਤਾ ਹੈਗਾ ਮਾਲਵੇਦੀ ਕਿਸ਼ਰੀ ਪਰੰਪਰਾ ਦੇ ਉੱਤੇ ਠੀਕ ਹੈ ਦੂਜੀ ਗੱਲ ਜਿਹੜੀ ਹੈਗੀ ਹੈ ਕਿ ਉਹਨਾਂ ਕੋਲੇ ਜਿਹੜੀ ਕਿਸ਼ਰੀ ਵਰਗੇ ਵਿਸ਼ਿਆਂ ਨੂੰ ਜਾਂ ਕਿੱਸਾ ਕਾ ਵਰਗੇ ਵਿਸ਼ਿਆਂ ਨੂੰ ਗਾਉਣ ਦੇ ਲਈ ਮਾਝੇ ਦੇ ਕੋਲੇ ਢੱਡਸਾਨਗੀ ਹੈ ਸੀ ਹੂੰ ਮਾਜੇ ਦੇ ਕੋਲੇ ਢੱਡ ਸਾਰੰਗੀ ਹੈ ਸੀ ਪਰ ਮਾਲਵੇ ਵਾਲਿਆਂ ਕੋਲੇ ਕਬਿਸ਼ਰੀ گاਉਂ ਦੇ ਲਈ ਕੋਈ ਸਾਜ਼ ਨਹੀਂ ਉਹਨਾਂ ਦੀ ਇਹ ਗਲੇ ਦੀਆਂ ਮੁਰਕੀਆਂ ਕੋਈ ਸਾਜ਼ ਹੈ ਵੱਧ ਤੋਂ ਵੱਧ ਘੱਟੋ-ਘੱਟ ਜਿਹੜੇ ਤਿੰਨ ਬੰਦੇ ਹੈਗੇ ਉਹੋ ਹੀ ਇੱਕ ਖਾੜਾ ਮਂਗਾ ਦਿੰਦੇ ਐ ਜਿਹੇ ਜਾਂ ਖਾੜਾ ਸਾਡੇ ਜਿਹੜੇ ਉਹ ਗਵੰਤਰੀ ਹੈ ਸੀ ਟੱਡ ਸਾਰਗੀ ਵਾਲੇ ਉਹ ਖਾੜਾ ਮਗਾ ਦਿੰਦੇ ਸੀ ਇਸ ਤਰ੍ਹਾਂ ਵੀ ਕੁਿਛ ਹੋਵੇਗਾ ਇਹ ਬਿਨਾ ਸਾਜ ਤੋਂ ਹੀ ਕੁਿਛ ਹੋਵੇਗਾ ਬਿਨਾ ਸਾਜ ਤੋਂ ਜਿਹੜੇ ਮੇਲੇ ਜਿਹੜੇ ਗੱਜਦੇ ਆਏ ਸੀ ਮੌਰਾ ਜੀ ਅਲੀ ਦੇ ਕਹਿੰਦੇ ਹਮ ਤਾਂ ਦੂਜੀ ਗੱਲ ਹੈ ਕਿ ਜਿਹੜੇ ਸ਼ੰਦਾ ਵਾਲੀ ਹੈ ਜਿਹੜੇ ਮੀਟਰ ਚ ਜਿਹੜੇ ਬਹੁਤੇ ਕਿਸੇ ਰਚੇ ਗਏ ਉਹ ਬੈਂਤ ਚ ਰਚੇਗੇ ਜੀ ਪਰ ਸਾਡੇ ਇੱਥੇ ਦਵਈਏ ਚ ਰਚੇਗੇ ਠੀਕ ਹੈ ਦਵਈਏ ਤੇ ਬੈਂਤ ਚ ਕੀ ਫਰਕ ਹੁੰਦਾ ਦਵੀਏ ਜੋ ਦੀ ਜਿਹੜੇ ਲਗਰਾ ਲਗਾ ਮਾਤਰਾ ਹੈਗੀਆਂ ਉਹ ਉਹਦਾ ਇੱਕ ਆਪਣਾ ਮੀਟਰ ਹੈਗਾ ਬਹੁਤ ਵੱਡਾ ਉਹਦਾ 파ਰਕ ਹੈਗਾ ਹੂੰ ਦੂਜੀ ਗੱਲ ਜਿਹੜੇ ਜਿਹੜੇ ਕਵੀਸ਼ਰ ਸੀ ਜਿਹੜੇ ਜਿਹਨੇ ਕਿੱਸਾ ਕਵੀ ਸੀ ਉਹ ਬਹੁਤਾ ਜਿਹੜੀ ਸਾਡੀ ਫਾਰਸੀ ਦਾ ਕਾਵ ਸ਼ਾਸਤਰ ਹੈ ਉਹ ਉਹਦੇ ਬਹੁਤੇ ਨੇੜੇ ਹੈਗੇ ਆ ਜਿਹੜੇ 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 ਕਿੱਸੇ ਵਾਲੇ ਆ ਕਿੱਸਾਕਾਰੀ ਹੈ ਜਿਹਨੇ ਕਿੱਸਾਕਾਰੀ ਹੈ ਠੀਕ ਕਿਉਂਕਿ ਮੁਗਲਾਂ ਦਾ ਉਸ ਵੇਲੇ ਪ੍ਰਭਾਵ ਰਿਹਾ ਸਾਡੀ ਜਿਹੜੀ ਕਵਿਸ਼ਰੀ ਹੈ ਮਾਲਵੇ ਦੀ ਕਵਿਸ਼ਰੀ ਹੈ ਸਾਡੀ ਕਵਿਸ਼ਰੀ ਹੈਗੀ ਹੈ ਜਿਹੜਾ ਸੰਸਕ੍ਰਿਤ ਦਾ ਕਾਵ ਸ਼ਾਸਤਰ ਹੈ ਉਹਦੀ ਉਹਦਾ ਜਿਹੜਾ ਉਹਦੇ ਜਿਹੜੇ ਨਿਜਮ ਹੈ ਸਾਡੇ ਡੇਰਿਆਂ ਚੋਂ ਉੱਥੇ ਕਵਿਸਰੀ ਲਿਖੀ ਜਾ ਪੜ੍ਹੀ ਜਾ ਰਹੀ ਸੀ ਉੱਥੇ ਇਹ ਜਿਹੇ ਪ੍ਰਯਾਸ ਹੋ ਰਹੇ ਸੀ ਸਾਡੀ ਕਵਿਸਰੀ ਦਾ ਇਹ ਵੀ ਅੰਤਰਾ ਹੈ ਸਾਡੀ ਕਵਿਸਰੀ ਦਾ ਕਾਫ ਸ਼ਾਸਤਰ ਜਿਹੜਾ ਹੈਗਾ ਸਾਰਿਆ ਸਾਰਾ ਉਹਦੀ ਸ਼ਬਦਾਵਲੀ ਵੀ ਉਹਦੀ ਗਾਇਕੀ ਵੀ ਸਾਡੇ ਜਿਹੜੇ ਸਾਡੀ ਸੰਸਕ੍ਰਿਤ ਦੀ ਜਿਹੜਾ ਸਾਡਾ ਕਾਫ ਸ਼ਾਸਤਰ ਸੀ ਉਹਦਾ ਪ੍ਰਭਾਵ ਰਿਹਾ ਹੈਗਾ ਦੂਜੀ ਗੱਲ ਹੈ ਕਿ ਜਿਹੜਾ ਹੀਰੋ ਲੈ ਜਾਂਦੇ ਹੈਗੇ ਹੈ ਜਾ ਉਹਦੇ ਵਿੱਚ ਪਾਤਰ ਲੈ ਜਾਂਦੇ ਹੈਗੇ ਆ ਉਹ ਬੜੇ ਕਲਾਸਿਕ ਪਾਤਰ ਲੈ ਜਾਂਦੇ ਹੈਗੇ ਆ ਉਹਦੇ ਵਿੱਚ ਕਿੱਸਾ ਕਾਬ ਦੇ ਵਿੱਚ ਕਿੱਸਾ ਕਾਬ ਦੇ ਵਿੱਚ ਫਿਰ ਉਹਨਾਂ ਨੇ ਹੀ ਰਾਜ ਤੇ ਲਿਖਣਾ ਬਥੇਰੇ ਹੀ ਰਾਜ ਤੇ ਲਿਖਿਆ ਹੈਗਾ ਵਾਰਸ਼ ਤੋਂ ਲੈ ਕੇ ਪਹਿਲਾਂ ਵੀ ਲਿਖੇ ਗਏ ਤੇ ਮਗਰੋਂ ਵੀ 52 ਜਣਾਂ ਨੇ ਲਿਖਿਆ 52 ਜਣਾਂ ਨੇ ਲਿਖਿਆ ਠੀਕ ਹੈ ਬਿਲਕੁਲ ਠੀਕ ਹੈ ਇਹਦੇ ਨਾਲ ਉਹਨਾਂ ਨੇ ਸੋਨੀ ਮਹੀਵਾਲ ਤੇ ਲਿਖਣਾ ਹੈਗਾ ਸੱਸੀ ਪੁੰਨੂ ਤੇ ਵੀ ਲਿਖਿਆ ਹੈਗਾ ਵੱਡਿਆ ਤੇ ਸਾਡੇ ਸਾਡੇ ਜਿਹੜੇ ਹੈਗੇ ਆ ਜਿਹੜੇ ਸਥਾਨਕ ਸਾਡੀਆਂ ਫੋਕ ਟੈਲ ਜਾ ਸਥਾਨਕ ਸਾਡੇ ਨਾਇਕ ਹੈ ਉਹ ਅਸਲ ਵਿੱਚ ਕਵਿਸਰੀ ਵਿੱਚ ਲਿਖ ਗਿਆ ਜੋ ਹੀਰਾ ਜਿ ਲਿਖ ਦਿਆ ਸਾਡੇ ਵਰਗੇ ਬੇਗੁਨਾਹ ਤੇ ਲਿਖੀ ਜਾ ਰਹੇ ਹੈਗੇ ਵੀ ਅਸੀਂ ਉਹ ਵੱਡੇ ਕਲਾਸਿਕ ਪਾਤਰ ਨਹੀਂ ਚੱਕੇ ਅਸੀਂ ਆਪ ਦੇ ਸਥਾਨਕ ਜਿ ਲੈ ਸੀ ਅੱਛਾ ਜਿਵੇਂ ਜਿਉਣਾ ਮਾਡਲ ਆਇਆ ਸੀ ਉਹ ਉਹ ਉਹਨਾਂ ਕੋਲੇ ਵੱਡੇ ਵੱਡੇ ਨਾਇਕ ਹੈਗੇ ਸਾਡੇ ਕੋਲੇ ਜਿਉਣਾ ਮਾਡਲ ਨਾਇਕ ਹੈਗਾ ਇਸ ਤਰ੍ਹਾਂ ਤੁਸੀਂ ਕੀ ਕਹਿ ਰਹੇ ਸੀ ਮੈਂ ਨਾ ਉਹੀ ਦੇਖ ਰਿਹਾ ਸੀ ਜਿਵੇਂ ਆਪਾਂ ਜੇ ਗੱਲ ਕਰੀਏ ਤਾਂ ਇੱਕ ਬੋਲੀ ਦੇ ਵਿੱਚੋਂ ਨਾਇਕ ਹੀ ਨਿਕਲਿਆ ਹੈਗਾ ਜਿਹੜਾ ਪਿੱਛੇ ਅੱਜ ਕੱਲ੍ਹ ਗਾਣਾ ਬਾਲੀਵੁੱਡ 'ਚ ਬੜਾ ਚੱਲ ਰਿਹਾ ਹੈਗਾ ਅਰਜਨ ਵੈਲੀ ਨੇ ਅਰਜਨ ਵੈਲੀ ਨੇ ਇਹ ਬੋਲੀ ਹੈ ਜੀ ਇਹ ਹਾਂ ਤਾਂ ਬਿਲਕੁਲ 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 ਬੋਲੀ ਇਹ ਇਹ ਕਿਹੜੇ ਖਿੱਤੇ ਦੀ ਹੈ ਬੋਲੀ ਇਹ ਇਹ ਖਿੱਤੇ ਲਗਭਗ ਜਿਹੜਾ ਦੌਧਰਾ ਮੋਗੇ ਵਾਲਾ ਜਿਹੜਾ ਖਿੱਤਾ ਹੈਗਾ ਮਾਲਵੀ ਦਾ ਹੀ ਹੈ ਨਾ ਹਿੱਸਾ ਇਹ ਮਾਲਵੇ ਦਾ ਹੀ ਹੈਗਾ ਵੈਸੇ ਜਗਰਾਉਂ ਦੇ ਰੌਸ਼ਨੀ ਦੇ ਮੇਲੇ ਦੀਆਂ ਬੋਲੀਆਂ ਸਾਰੀਆਂ ਇਹ ਅੱਛਾ ਇਹ ਵੀ ਫੂਕ ਚੋਂ ਨਿਕਲੀ ਹੋਈ ਚੀਜ਼ ਆ ਦੇਖੋ ਉਹ ਵੀ ਕੈਰੈਕਟਰ ਆ ਕਰੋ ਜਿਵੇਂ ਕੋਈ ਤੁਸੀਂ ਕਹੋ ਛੋਟੇ ਕੈਰੈਕਟਰ ਹੁੰਦੇ ਆ ਸਥਾਨਿਕ ਤਾਂ ਉਹ ਸਥਾਨਿਕ ਕੈਰੈਕਟਰ ਹੀ ਲਿਆਇਆ ਹੋਇਆ ਹਨ ਅਰਜਨ ਵੈਲੀ ਨੇ ਹੱਥ ਪੈਰ ਜੋੜ ਕੇ ਗੜਾਸੀ ਮਾਰੀ ਬਿਲਕੁਲ ਬਿਲਕੁਲ ਅੱਜ ਕਿੰਨੀ ਦੂਰ ਤੱਕ ਚੱਲਿਆ ਉਹਨਾਂ ਜਿਹੜਾ ਉਹਨਾਂ ਜੇ ਥੋੜਾ ਜਿਹਾ ਹੋਰ ਆਪਾਂ ਸੋਚੀਏ ਕਿ ਮਾਲਵੇ ਦਾ ਜਿਹੜਾ ਭਗੋਲ ਹੈ ਉਹ ਭੰਗੋਲ ਮਾਝੇ ਦੁਆਬੇ ਤੇ ਸਾਡੇ ਪਵਾਦ ਨਾਲੋਂ ਵੀ ਉਹਨਾਂ ਕੋਲੇ ਜ਼ਿਲ੍ਹੇ ਵੱਧ ਹੈ ਉਹਨਾਂ ਕੋਲੇ ਭੰਗੋਲ ਵੱਧ ਹੈ ਜਿਸ ਕਰਕੇ ਜਿਹੜੇ ਸੀਐਮ ਐ ਉਹ ਸਾਰੇ ਮਾਲਵੇ ਦੇ ਵਿੱਚੋਂ ਹੀ ਪੈਦਾ ਹੁੰਦੇ ਆ ਕਿਉਂਕਿ ਇੱਥੇ ਐਮਐਲਏ ਵੱਧ ਬੰਦੇ ਹੈਗੇ ਪੰਜਾਬ ਦੀ ਸਿਆਸਤ ਮਾਲਵੇ ਦੇ ਇਹ ਦਿਵਾਲੀ ਹੁੰਦੀ ਹੈ ਕਿਉਂਕਿ ਇਹਨਾਂ ਕੋਲੇ ਇਹ ਪੰਘੋਲ ਅੱਛਾ ਇੱਕ ਗੱਲ ਹੋਰ ਦੱਸੋ ਮਾਲਵੇ ਬਾਰੇ ਵੀ ਜ਼ਿਆਦਾਤਰ ਰਾਈਟਰ ਜਿਹੜੇ ਹੈਗੇ ਆ ਪੰਜਾਬ ਦੇ ਉਹ ਮਾਲਵੇ ਚੋਂ ਹੀ ਆਉਂਦੇ ਨੇ ਕੀ ਵਜ੍ਹਾ ਮਾਲਵੇ ਚੋਂ ਜ਼ਿਆਦਾ ਰਾਈਟਰ ਹੋਣ ਦੀ ਅਸਲ ਵਿੱਚ ਨਾ ਮੈਂ ਹੁਣ ਕੀ ਢਿੱਡ ਫਰੋਲਾਂ ਵੀ ਮਾਲਵੇ ਵਾਲਿਆਂ ਕੋਲੇ ਅਧ ਜ਼ਮੀਨਾਂ ਜਾਇਦਾਦਾਂ ਵੱਧ ਸੀ ਬੜਾ ਕੁਝ ਖੁੱਲਾ ਪਿਆ ਸੀ ਤੇ ਥੋੜਾ ਰਿਆਸਤਾਂ ਦਾ ਵੀ ਇਹਦੇ ਉੱਤੇ ਪ੍ਰਭਾਵ ਵੱਧ ਸੀ ਤੇ ਇਹਦੇ ਫਲਸਰੂਪ ਕੀ ਹੋਇਆ ਇਹ ਉਹ ਹੈ ਕਿ ਸਾਡੀ ਜਿਹੜੀ ਐਜੂਕੇਸ਼ਨ ਹੈ ਉਹ ਸਾਡੇ ਕੋਲੇ ਮਾਝੇ ਦੁਆਬੇ ਦੇ ਮੁਕਾਬਲੇ ਸਾਡੇ ਕੋਲੇ ਬਹੁਤ ਲੇਟ ਆਈ ਸਾਡੇ ਕੋਲੇ ਜ਼ਮੀਨਾਂ ਵੀ ਚਾਹੇ ਵੱਧ ਗਈਆਂ ਸੀ ਪਰ ਐਜੂਕੇਸ਼ਨ ਦੇ ਪੱਖੋਂ ਬਾਹਰ ਜਾਣ ਦੇ ਪੱਖੋਂ ਮਾਲਵੇ ਵਾਲੇ ਜਿਹੜੇ ਹੈਗੇ ਆ ਉਹ ਬਾਕੀ ਮਾਝਾ ਦੁਆਬਾ ਨਾਲੋਂ ਵੀ ਪਿੱਛੇ ਹੈ ਗਿਆ ਇੱਕ ਗੱਲ ਹੋਰ ਤੁਹਾਨੂੰ ਦੱਸਾਂ ਇਹਦੇ ਵਿੱਚ ਐਡ ਕਰਾਂ ਜੇ ਆਪਾਂ ਕਹੀ ਅੱਜ ਜੇ ਪੰਜਾਬ ਬਚਿਆ ਹੋਇਆ ਤਾਂ ਮਾਲਵੇ ਕਰਕੇ ਹੀ ਆ ਕਿਉਂਕਿ ਮਾਲਵਾ ਬਾਹਰ ਨਹੀਂ ਗਿਆ ਮਾਲਵਾ ਬਾਹਰ ਨਹੀਂ ਬਿਲਕੁਲ 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 ਉਹ ਤਾਂ ਹੈ ਹੀ ਹੈ ਉਹ ਤਾਂ ਚਲੋ ਇਹ ਇਹ ਕਾਰਨ ਹੋ ਗਏ ਜਿਸ ਕਰਕੇ ਜਦੋਂ ਐਜੂਕੇਸ਼ਨ ਫਿਰ ਮਾਲਵੇ ਵਾਲਿਆਂ ਕੋਲ ਆਈ ਤਾਂ ਫਿਰ ਲੇਖ ਜਿਹੜੇ ਹੈਗੇ ਆ ਉਹਨਾਂ ਕੋਲੇ ਰਾਵ ਮਟੀਰੀਅਲ ਬਹੁਤ ਸੀ ਬਹੁਤ ਰਾਵ ਮਟੀਰੀਅਲ ਸੀ ਜਥਾਰਥ ਨੂੰ ਪੇਸ਼ ਕਰਨ ਦੇ ਲਈ ਉਹਦੇ ਅਕਾਡਮਿਕਸ ਨਾਲ ਪੇਸ਼ ਕਰਨ ਲਈ ਵੱਡੀਆਂ-ਵੱਡੀਆਂ ਲਹਿਰਾਂ ਇੱਥੇ ਲੜੀਆਂ ਗਈਆਂ ਉਹ ਸਾਰੀਆਂ ਮਾਲਵੇ ਦੇ ਵਿੱਚ ਜਿਹੜੇ ਲੇਖ ਕਹੀਗੇ ਸਾਡੇ ਇਸ ਲਈ ਇੱਥੇ ਉਹ ਉਹ ਪੈਦਾ ਹੋਏ ਹੈਗੇ ਸਾਡੇ ਚਾਹੇ ਤਾਂ ਸਾਡੇ ਕੋਲ ਲਿਖਦਾ ਹੈਗਾ ਨਾਟਕ ਅਜਮੇਰ ਆਲਕ ਨਾਟਕ ਲਿਖਦਾ ਕਿਉਂਕਿ ਸਾਰਾ ਏਰੀਆ ਹੀ ਮਜਾਰਾ ਲਹਿਰ ਦਾ ਇੱਕ ਏਰੀਆ ਪੂਰੇ ਦਾ ਪੂਰਾ ਹੈ ਸੀ ਉਹ 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 ਉਹਦੇ ਦੁਆਲੇ ਉਸ ਨੇ ਉਹ ਦੇਖ ਕੇ ਆਪਣੇ ਨਾਟਕ ਲਿਖੇ ਗਰਦਿਆਲ ਸਨੇ ਆਪ ਜਿਹੜੀ ਸਾਡੀਆਂ ਹੋਰ ਲਹਿਰਾਂ ਲੜੀਆਂ ਗਈਆਂ ਜੈ ਤੋਂ ਉਹਦੇ ਮੋਰਚੇ ਦਾ ਵੀ ਇੱਕ ਅੰਦੋਲਨ ਹੋਇਆ ਸਾਡੇ ਪਰਜਾ ਮੰਡਲ ਦੀਆਂ ਵਿੱਚ ਲਹਿਰਾਂ ਹਨ ਇਹ ਲਹਿਰਾਂ ਜਿਹੜੀਆਂ ਸੀ ਉਹ ਮਾਲ ਵਿੱਚ ਪੈਦਾ ਹੋਈਆਂ ਅੱਜ ਸਾਇਦੀਆਂ ਤੰਦਾ ਡਾਕਟਰ ਲਾਭ ਸਿੰਘ ਜੀ ਆ ਜਿਹਦੇ ਨਾਲ ਪਈਆਂ ਹੋਈਆਂ ਨੇ ਆਲੋਚਨਾ ਤੋਂ ਗੱਲ ਸ਼ੁਰੂ ਹੋਈ ਆ ਤੇ ਕਿਧਰ ਕਿਧਰ ਦੇਖ ਲਓ ਕਵਿਸ਼ਰੀ ਕਾਵਿ ਕਿੱਸਾ ਕਾਵਿ ਬੜੀ ਬੋਰਿੰਗ ਟਾਪਿਕ ਹੁੰਦਾ ਬੋਰਿੰਗ ਨਹੀਂ ਜੀ ਸਿੱਖਣ ਨੂੰ ਬੜਾ ਕੁਝ ਮਿਲ ਰਿਹਾ ਹੈਗਾ ਟੈਕਨੀਕਲੀ ਚੀਜ਼ਾਂ ਨੇ ਜਦੋਂ ਆਪਾਂ ਸਮਝਦੇ ਆਂ ਚੀਜ਼ਾਂ ਦਾ ਵੀ ਕਿੱਸਾ ਕਾਵਿ ਕੀ ਹੁੰਦਾ ਕੋਈ ਸ਼ਰੀ ਕੀ ਹੁੰਦੀ ਆ ਉਹਦੇ ਵਿਸ਼ੇ ਪੱਖੋਂ ਵਿਸ਼ਾ ਵਸਤੂ ਕੀ ਆ ਹਨਾ ਕਵਿਸ਼ਰੀ ਛੋਟੇ ਛੋਟੇ ਨਾਇਕ ਨੇ ਜਿਹੜਾ ਕਹਿ ਲਓ ਕਿੱਸਾ ਕਾਵਿ ਚ ਨਾਇਕ ਕਲਾਸਿਕ ਹੁੰਦੇ ਆ ਵੱਡੇ ਨਾਇਕ ਹੁੰਦੇ ਆ ਹਨਾ ਬੜਾ ਕੁਝ ਆ ਸਰ ਮੈਂ ਜਿਹੜਾ ਹੁਣ ਅਗਲਾ ਸਵਾਲ ਸਵਾਲ ਨਹੀਂ ਥੋੜੀ ਜੀ ਆਪਾਂ ਗੱਲਾਂ ਬਾਤਾਂ ਹੀ ਕਰ ਰਹੇ ਆਂ ਵੀ ਮਾਲਵੇ ਦੇ ਉੱਤੇ ਜੇ ਆਪਾਂ ਕਹੀਏ ਗੁਰੂ ਸਾਹਿਬ ਵੀ ਆਉਂਦੇ ਕਿਧਰਾਂ ਨੇ ਤੋਂ ਜਦੋਂ ਹਾਂ ਦਿਨਾ ਕਾਂਗੜ ਹੁੰਦੇ ਹੋਏ ਤਲਵੰਡੀ ਪਹੁੰਚਦੇ ਨੇ ਹਨਾ ਇੱਥੇ ਗੁਰੂ ਗ੍ਰੰਥ ਸਾਹਿਬ ਠੀਕ ਸੰਪੂਰਨ ਹੁੰਦਾ ਹੈ ਜੀ ਹੋ ਸਕਦਾ ਵੀ ਇਹ ਜਿਹੜੀ ਮਾਲਬੇ ਨੂੰ ਬਖਸ਼ਿਸ਼ਾ ਲਿਖਣ ਦੀ ਇਹ ਉਹ ਸੱਚੇ ਪਾਤਸ਼ਾਹ ਕਹਿੰ ਲੋ ਤਨਸਿਧ ਗੁਰੂ ਗੋਬਿੰਦ ਸਿੰਘ ਜੀ ਦੀ ਬਰਕਤ ਆ ਉਹਨਾਂ ਦੀ ਬਚਨਾਂ ਦੀ ਕਹਿੰ ਲੋ ਅਸਰ ਆ ਬਿਲਕੁਲ ਠੀਕ ਆ ਇੱਕ ਕਿਸੇ ਕੌਮ ਨੂੰ ਆਪ ਦੇ ਰਹਿਬਰਾਂ ਦੇ ਵੱਲੋਂ ਦਿੱਤਾ ਹੋਇਆ ਕੋਈ ਵਰਦਾਨ ਕੀਤਾ ਹੋਇਆ ਜਾਂ ਆਪਾਂ ਆਬਜੈਕਟਿਵ ਵੀ ਕਹੀਏ ਕੀਤਾ ਹੋਇਆ ਉਤਸ਼ਾਹ ਜਿਹੜਾ ਹੁੰਦਾ ਉਹ ਕਿਸੇ ਕੌਮਾਂ ਦੇ ਵਿੱਚ ਪੀੜੀ ਦਰ ਪੀੜੀ ਚਲਦਾ ਰਹਿੰਦਾ ਹੈ ਉੱਥੇ ਇੱਕ ਲੇਖਨਸਰ ਹੁਣ ਗੁਰਦੁਆਰਾ ਵੀ ਹੈ ਜਿਹੜੀਆਂ ਕਲਮਾਂ ਦੇ ਨਾਲ ਅ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਭੀੜ ਤਿਆਰ ਕਰਾਈ ਭਾਈ ਮਨੀ ਸਿੰਘ ਦੇ ਕੋਲੋਂ ਤਾਂ ਉਹ ਕਲਮਾਂ ਜਿਹੜੀਆਂ ਸੀ ਉੱਥੇ ਜਿਹੜੀਆਂ ਉਹ ਰੱਖੀਆਂ ਗਈਆਂ ਤੇ ਉਹਨਾਂ ਦੇ ਉੱਤੇ ਨਾਲ ਇੱਕ ਇਹ ਵੀ ਕਿਹਾ ਕਿ ਜਿਹੜਾ ਵੀ ਇੱਥੇ ਆ ਕੇ ਊੜਾ ੜਾ ਨਿੱਕੇ ਬੱਚੇ ਨੂੰ ਜਿਹੜਾ ਹੱਥ ਉਂਗਲ ਫੜ ਕੇ ਕਰਾਇਆ ਜਾਏਗਾ ਉਹ ਬੱਚੇ ਜਿਹੜੇ ਹੈਗੇ ਆ ਓਹੋ ਸਾਖਰ ਵੀ ਜਲਦੀ ਹੋਣਗੇ ਤੇ ਵਿਧਵਾਣੇ ਵੀ ਬਣਗੇ ਇਹ ਕੁਝ ਜਿਹੜੀਆਂ ਕੁਝ ਵਰਦਾਨ ਪਏ ਆ ਜਿ ਆਪਾਂ ਕਹੀਏ ਜਾਂ ਆਪਣੇ ਵੱਡਿਆਂ ਵੱਲੋਂ ਕੀਤੀ ਹੋਈ ਇਹ ਗੱਲਾਂ ਹਨ ਉਹਦਾ ਕਾਰਨ ਵੀ ਮੈਂ ਸੋਚਦਾ ਕਿ ਮਾਲਵੇ ਵਾਲਾਂ ਤੇ ਉਹ ਉਹਦਾ ਜਾਦੂ ਹੋ ਰਿਹਾ ਹੈ ਜਾਦੂ ਆ ਬਰਕਤ ਆ ਠੀਕ ਹੈ ਜੀ ਅੱਛਾ ਮੈਂ ਹੁਣ ਤੁਹਾਡੇ ਕੰਮ ਤੇ ਆ ਜਾ ਆ ਜਿਹੜੀ ਕਿਤਾਬ ਸਾਹਮਣੇ ਪਈ ਆ ਤੁਸੀਂ ਇੱਧਰ ਦੇਖ ਸਕਦੇ ਹੋ ਪੁਸਤਕ ਤੇ ਪੁਰਸਕਾਰ ਡਾਕਟਰ ਲਵ ਸਿੰਘ ਖੀਵਾ ਇਹ ਕਿਤਾਬ ਦੇ ਵਿੱਚ ਇਹ ਇਹ ਕਿਤਾਬ ਕਿਉਂ ਪੜ੍ਹਨੀ ਜ਼ਰੂਰੀ ਹੈ ਦੇ ਵਿੱਚ ਕੀ ਡਾਕੂਮੈਂਟੇਸ਼ਨ ਹੈ ਹਾਂ 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 ਇਹ ਮੇਰੀ ਲਗਭਗ ਮੇਰੀ ਇਹ 10 ਸਾਲਾਂ ਦੀ ਮਿਹਨਤ ਹੈ ਮੈਂ ਮੇਰੇ ਘਰ ਵਾਲੀ ਨੂੰ ਜ਼ਰੂਰ ਪਤਾ ਹੈ ਕਿ ਇਹ ਇਹ ਕਿਤਾਬ ਨੂੰ ਲਿਖਦੇ 10 ਸਾਲਾਂ ਦੇ ਵਿੱਚ ਆਪਣੀ ਥੋੜਾ ਜਿਹਾ ਆਪਣੀ ਸਿਹਤ ਵੀ ਮੈਂ ਖਰਾਬ ਕੀਤੀ ਪਰ ਇਹ ਹੈ ਕਿ ਮੇਰਾ ਇੱਕ ਕਾਲਮ ਚੱਲਦਾ ਹੁੰਦਾ ਸੀ ਪੰਜਾਬੀ ਟ੍ਰੂਨ ਦੇ ਵਿੱਚ ਅੰਗਰਵਚਨ ਭੋਲਾ ਜੀ ਨੇ ਤਿਆਰ ਕਰਾਇਆ ਸੀ ਉਹ ਉਦੋਂ ਉਹ ਸੰਪਾਦਕ ਸੀ ਧੰਨ ਲਖਾਰੀ ਨਾਨਕਾ ਹਰ ਸਾਲ ਪੰਜਾਬੀ ਦੇ ਵਿੱਚ ਹੋਰਾਂ ਪਛਾਵਾਂ ਦੇ ਮੁਤਾਬਕ ਜਿਨ੍ਹਾਂ ਨੇ ਭਾਰਤੀ ਸਹਿਤ ਕਾਡਮੀ ਪੁਰਸਕਾਰ ਦਿੰਦੀ ਹੈ ਉਹਨਾਂ ਕਿਤਾਬਾਂ ਦਾ ਪੰਜਾਬੀ ਕਿਤਾਬਾਂ ਦਾ ਇਹਦੇ ਵਿੱਚ ਵੇਰਵਾ ਹੈਗਾ ਇੱਕ ਇਹਦੀ ਵਿਸ਼ੇਸ਼ਤਾ ਹੀ ਤਾਂ ਇੱਕ ਤਾਂ ਇਹ ਹੈ ਕਿ ਲਗਭਗ ਇਹ ਮੈਨੂੰ ਕਈਆਂ ਨੇ ਦਿੱਲੀ ਵਾਲਿਆਂ ਨੇ ਦੱਸਿਆ ਹੈ ਕਿ ਜਿੰਨੀਆਂ ਹੋਰ ਕਿੰਨੀਆਂ ਪਿਛਾਵਾਂ ਦੇ ਵਿੱਚ ਉਹ ਪਿਛਾਵਾਂ ਜਿਹੜੀਆਂ ਸਾਡੇ ਸਾਡੇ ਨੋਟ ਦੇ ਉੱਤੇ ਕਰੰਸੀ ਦੇ ਉੱਤੇ ਵੀ ਛਾਪਦੀਆਂ ਹਨ ਉਹਨਾਂ ਸਾਰੀਆਂ ਪਿਛਾਵਾਂ ਤੇ ਹੋਰਾਂ ਵਿੱਚ ਵੀ ਭਾਰਤ ਸਹਿਦ ਅਕਾਡਮੀ ਵੱਲੋਂ ਪੁਰਸਕਾਰ ਦਿੱਤੇ ਜਾਂਦੇ ਆ ਕਿਤਾਬ ਨੂੰ ਤਾਂ ਉਹ 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 ਸਾਰੀਆਂ ਪਿਛਾਵਾਂ ਦੇ ਵਿੱਚ ਸ਼ੈਦ ਤੇ ਸ਼ਾਇਦ ਇਹ ਮੇਰੀ ਪੰਜਾਬੀ ਦੇ ਵਿੱਚ ਆਪਣੀ ਪਹਿਲੀ ਕਿਤਾਬ ਹੈ ਜਿਹੜੀ ਜਦੋਂ ਦੇ ਇਨਾਮ ਸ਼ੁਰੂ ਹੋਏ ਜੀ ਉਦੋਂ ਲੈ ਕੇ ਆਪਣੇ ਮੋਹਨ ਜੀ ਤੱਕ ਮੈਂ ਇਹਨੇ ਜਿਹੜੇ ਹੈਗੇ 58 ਲਗਭਗ ਕਿਤਾਬਾਂ ਦੇ ਉੱਤੇ ਇਹ ਮੈਂ ਕੰਮ ਕੀਤਾ ਜਿਹਨੂੰ ਆਪਾਂ ਕਹੀਏ ਇੱਕ ਦਸਤਾਵੇਜ਼ੀ ਇਹ ਕੰਮ ਹੈਗਾ ਡਾਕੂਮੈਂਟੇਸ਼ਨ ਡਾਕੂਮੈਂਟੇਸ਼ਨ ਹੈਗੀ ਹੈ ਜੇ ਅੱਜ ਦੇ ਬੱਚੇ ਮੈਨੂੰ ਕਿਉਂਕਿ ਮੈਂ ਲਿਖਦਾ ਵੀ ਇਸ ਦੀ ਕਿਤਾਬ ਤਾਂ ਮਗਰੋਂ ਕੱਢੀ ਕਿ ਜਦੋਂ UGC ਦੇ ਵਿੱਚ ਬੱਚੇ ਆਪਦੇ ਪੇਪਰ ਦਿੰਦੇ ਆ ਉਦੋਂ ਕਈ ਜਿਹੇ ਕੁਐਸਚਨ ਆ ਜਾਂਦੇ ਹੈਗੇ ਕਿ ਆਹ ਸੰ ਦੇ ਵਿੱਚ ਕਿਹੜੀ ਕਿਤਾਬ ਨੂੰ ਭਾਰਤ ਸ਼ਹਿਦ ਅਕੈਡਮੀ ਨੇ ਨਾਮ ਦਿੱਤਾ ਜਾਂ ਆਹ ਕਿਤਾਬ ਦਾ ਲੇਖ ਕੌਣ ਸੀ ਉਦੋਂ ਬੱਚੇ ਫਿਰ ਮੈਨੂੰ ਫੋਨ ਕਰਦੇ ਹੁੰਦੇ ਸੀ ਕਿ ਤੁਹਾਡੇ ਕੋਲ ਤਾਂ ਸਾਰਾ ਬਿਉਰਾ ਹੈਗਾ ਫਿਰ ਮੈਂ ਕਿਤਾਬ ਵੀ ਉਹਦਾ ਕਾਰਨ ਵੀ ਕੱਢੀ ਹਾਂਜੀ ਤੇ ਜਿਹੜਾ ਆ ਪੰਜਾਬੀ ਸਾਕਾ ਕਾਵ ਪਾਠ ਅਤੇ ਚਿੰਤਨਾ ਹਾਂ ਇਹਦੇ ਬਾਰੇ ਦੱਸੋ ਸਾਡੇ ਪੰਜਾਬੀਆਂ ਵਿੱਚ ਤੇ ਵਿਸ਼ੇਸ਼ ਕਰਕੇ ਸਿੱਖਾਂ ਦੇ ਵਿੱਚ ਜਿਹੜੇ ਜਿੰਨੇ ਸਾਡੇ ਧਾਰਮਿਕ ਸਾਕੇ ਵਾਪਰੇ ਆ ਉਹ ਚਾਹੇ ਸਾਡੇ ਕੋਲੇ ਨਨਕਾਣਾ ਸਾਹਿਬ ਦਾ ਸਾਕਾ ਹੈ ਸਾਡੇ ਕੋਲ ਚਾਹੇ ਸਾਡੇ ਕੋਲ ਅ ਪੰਜਵੇਂ ਪਾਤਸ਼ਾਹੀ ਦੀ ਸ਼ਹੀਦੀ ਦਾ ਸਾਕਾ ਹੈ ਚਾਹੇ ਸਾਡੇ ਕੋਲ ਨੌਵੇਂ ਪਾਤਸ਼ਾਹੀ ਦਾ ਸਾਡੇ ਕੋਲ ਸਾਕਾ ਹੈ ਸਾਡੇ ਕੋਲ ਪੰਜਾ ਸਾਹਿਬ ਦਾ ਸਾਕਾ ਹੈ ਇਹ ਜਿੰਨੇ ਵੀ ਧਾਰਮਿਕ ਸਾਕੇ ਵਾਪਰੇ ਉਸ ਤੋਂ ਬਾਅਦ ਆਜ਼ਾਦੀ ਵੇਲੇ ਵੀ ਵਾਪਰੇ ਸਾਡੇ ਸਾਡੇ ਕੋਲੇ ਜ਼ਿਲ੍ਹਿਆਂ ਵਾਲਾ ਬਾਗ ਦਾ ਇੱਕ ਸਾਕਾ ਹੈਗਾ ਉੱਥੇ ਵੀ ਲੋਕ ਸ਼ਹੀਦ ਹੁੰਦੇ ਆ ਉਹ ਸਾਰਾ ਕੁਝ ਨੂੰ ਜਿਹੜਾ ਸਾਡੇ ਸਾਡੀ ਸਾਡੀ ਕਵਿਸ਼ਰੀ ਦੇ ਵਿੱਚ ਮਿਲਦਾ ਹੈਗਾ ਜਾਂ ਕਿਸੇ ਰੂਪ ਦੇ ਵਿੱਚ ਮਿਲਦਾ ਹੈ ਉਹਨਾਂ ਸਾਰਿਆਂ ਦੀ ਮੈਂ ਸਟੱਡੀ ਕੀਤੀ ਹੈ ਵਿਸ਼ੇਸ਼ ਗੱਲ ਇਹ ਹੈ ਕਿ ਸ਼ਹਾਦਤ ਜਿਹਨੂੰ ਅਸੀਂ ਕੁਰਬਾਨੀ ਕਹਿੰਦੇ ਆ ਸ਼ਹਾਦਤ ਬਲੀਦਾਨ ਦਾ ਕੀ ਫਰਕ ਹੈ ਸ਼ਹਾਦਤ ਦਾ ਕਨਸੈਪਟ ਗੁਰੂ ਅਰਜਨ ਦੇਵ ਜੀ ਦੇ ਵੇਲੇ ਸਾਡੇ ਕੋਲ ਬਹੁਤਾ ਕਲੀਅਰ ਹੋਇਆ ਇਹ ਸਾਡੇ ਕੋਲੇ ਸੰਕਲਪ ਕਿਵੇਂ ਆਇਆ ਜਾਂ ਬਲੀਦਾਨ Hindu ਗ੍ਰੰਥਾਂ ਦੇ ਵਿੱਚ ਉਹ ਬਲੀ ਕਿਸ ਤਰ੍ਹਾਂ ਦਿੱਤੀ ਜਾਂਦੀ ਹੈ ਉਹਦੇ ਕੀ ਸੰਕਲਪ ਹੈ ਗਿਆ ਜਿਹੜੀ ਸ਼ਹਾਦਤ ਸਿੱਖ ਧਰਮ ਦੇ ਵਿੱਚ ਦਿੱਤੀ ਜਾਂਦੀ ਹੈ ਆਪਣੇ ਆਪ ਨੂੰ ਸ਼ਹੀਦ ਹੋਣ ਦੇ ਲਈ ਪੇਸ਼ ਕਰਨਾ ਇਹ ਸ਼ਹਾਦਤ ਜਿਹੜੀ ਹੈ ਇਹ ਇਸਲਾਮ ਕ ਜਿਹੜਾ ਨਰੇਟਿਵ ਉਹਨਾਂ ਵਿੱਚ ਵੀ ਹੈ ਤੇ ਸਾਡੇ ਵਿੱਚ ਵੀ ਹੈ ਇਸ ਪੱਕੋਂ ਜਿਹਦਾ ਪਹਿਲਾ ਚੈਪਟਰ ਹੈ ਉੱਥੋਂ ਉਹ ਸ਼ਹਾਦਤੇ ਬਾਰੇ ਬਹੁਤ ਕਲੀਅਰ ਕਰਦਾ ਹੈਗਾ ਇਹ ਕਿਤਾਬ ਜਿਹੜੀ ਹੈ ਸਾਡੇ ਜਿੰਨਾਂ ਵੀ ਸਾਡੇ ਸਾਕੇ ਹੋਇਆ ਪੰਜਾਬ ਦੇ ਵਿੱਚ ਉਹਨਾਂ ਉੱਤੇ ਆ ਕਿਤਾਬ ਤੇ ਇਹਦੇ ਨਾਲ ਕੁਝ ਐਡੀਟਿੰਗ ਵੀ ਹੈ ਸਾਕ ਕਹਿੰਦੇ ਨਮੂਨੇ ਵੀ ਦਿੱਤੇ ਗਏ ਆ ਬਿਲਕੁਲ ਬਿਲਕੁਲ ਅੱਛਾ ਇਸ ਤੋਂ ਬਿਨਾ ਸਰ ਤੁਸੀਂ ਨਾ ਮਤਲਬ ਜਿਵੇਂ ਡਾਕੂਮੈਂਟੇਸ਼ਨ ਕਾਫੀ ਹੋ ਗਈ ਤੁਹਾਡੀਆਂ ਜਿਵੇਂ ਤੁਸੀਂ ਜੇ ਕਿਸੇ ਨੇ ਕੋਈ ਸਾਹਿਤ ਦੀ ਕਿਤਾਬ ਪੜ੍ਹਨੀ ਆ ਤਾਂ ਸਰ ਦੀਆਂ ਕਿਤਾਬਾਂ ਇਹ ਇਹਦੇ ਤੋਂ ਤੁਹਾਨੂੰ ਬਰੀਫ ਨੌਲੇਜ ਮਿਲ ਜਾਣੀ ਹੈ ਚਾਹੇ ਪੁਸਤਕ ਤੇ ਪੁਰਸਕਾਰ ਹੋ ਗਈ ਚਾਹੇ ਵਿਊ ਤੇ ਰਿਵਿਊ ਹੋ ਗਿਆ ਵਿਊ ਤੇ ਰਿਵਿਊ ਦੇ ਵਿੱਚ ਵੀ 30 ਕਿਤਾਬਾਂ ਨੇ ਮੰਨ ਲੈਂਦਾ ਹਨ ਹਾਂ 30 ਕਿਤਾਬਾਂ ਦਾ ਠੀਕ ਹੈ ਜੀ ਇਸ ਕਿਤਾਬ ਦੇ ਵਿੱਚ ਵਿਊ ਤੇ ਰਿਵਿਊ ਜਿਹੜਾ ਹੈਗਾ ਮੈਨੂੰ ਕਈ ਜਣਿਆਂ ਨੇ ਕਿਹਾ ਕਿ ਵਿਊ ਤੇ ਰਿਵਿਊ ਨਜ਼ਰਸਾਨੀ ਰੱਖ ਸਕਦੇ ਸੀ ਮੈਂ ਕਹਿਆ ਵੀ ਇਹ ਤਾਂ ਗੱਲ ਨਹੀਂ ਐਨੀ ਤਾਂ ਕੱਟੜ ਸਾਨੂੰ ਨਹੀਂ ਹੋਣ ਜਿਹਦੇ ਅੰਗਰੇਜ਼ੀ ਦੇ ਸ਼ਬਦ ਅਸੀਂ ਆਪਣੀ ਭਾਸ਼ਾ 'ਚ ਨਹੀਂ ਲੈ ਕੇ ਆਉਂਦੇਗੇ ਨਹੀਂ ਲਿਆਉਣੇ ਚਾਹੀਦੇਗੇ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਵੀ ਬਹੁਤ ਸਾਰੀਆਂ ਹੋਰਾਂ ਪਛਾਵਾਂ ਦੇ ਬਹੁਤ ਸ਼ਬਦ ਹੈਗੇ ਆ ਸਾਡੇ ਪੰਜਾਬੀ ਵਿੱਚ ਵੀ ਇਸ ਤਰ੍ਹਾਂ ਦਾ ਚੱਲ ਰਿਹਾ ਹੈਗਾ ਵਿਊ ਉਸ ਕਿਤਾਬ ਨੂੰ ਪੜਨਾ ਤੇ ਰਿਵਿਊ ਉਸ ਕਿਤਾਬ ਦੇ ਉੱਤੇ ਜਿਹੜੇ ਹੈਗੇ ਆਪਣੇ ਵਿਚਾਰ ਦੱਸੋ ਵਿਚਾਰ ਦੱਸੋ ਇਹ ਦੋਨਾਂ ਅਰਥਾਂ ਦੇ ਵਿੱਚ ਹੈਗੇ ਹੈ ਇਹਦੇ ਵਿੱਚ ਨਾਟਕ ਵਿਧਾ ਤੋਂ ਬਗੈਰ ਇਹ ਮੈਨੂੰ ਨਹੀਂ ਸਮਝ ਲੱਗੀ ਕਿ ਕਿਸ ਤਰ੍ਹਾਂ ਮਿੱਥੋ ਇਹ ਗੁਸਥਾਕੀ ਹੋਗੀ ਆ ਗਲਤੀ ਹੋਗੀ ਨਾਟਕ ਤੋਂ ਬਗੈਰ ਜਿੰਨੀਆਂ ਵੀ ਪੰਜਾਬੀ ਚ ਵਿਧਾਵਾਂ ਹਨ ਉਹਨਾਂ ਸਾਰੀਆਂ ਕਿਤਾਬਾਂ ਦੇ ਨਾਲ ਸੰਬੰਧਤ ਜਿਹੜਾ ਉਹਦੇ ਉੱਤੇ ਅਲੋਚਨਾ ਹੈ ਇਹ ਕਿਤਾਬਾਂ ਸਾਰੀਆਂ ਉਹਦੇ ਵਿੱਚ ਦਿਸਕ ਕੀਤੀਆਂ ਹੈਗੀਆਂ ਮੈਂ ਧਨੀ ਰਾਮ ਚਾਤਰ ਤੋਂ ਚਾਤਰਕ ਤੋਂ ਲੈ ਕੇ ਜਿਹੜੇ ਹੁਣ ਸਾਡੇ ਮਾਡਰਨ ਕਵੀ ਐ ਕਹਾਣੀਕਾਰ ਐ ਨਾਵਲਕਾਰ ਐ ਉਹਨਾਂ ਸਾਰਿਆਂ ਉੱਤੇ ਹੀ ਕੰਮ ਕੀਤਾ ਮੈਂ ਠੀਕ ਹੈ ਜੀ ਅੱਛਾ ਹੁਣ ਤੁਸੀਂ ਤੁਹਾਡੀ ਸਟਾਰਟਿੰਗ ਆਪਾਂ ਕਰਤੀ ਸੀਗੀ ਸੂਹੇ ਬੋਲ ਤੋਂ ਜਿਹੜੀ ਕਵਿਤਾ ਹਾਂਜੀ ਹਾਂ ਹਾਂ ਸ਼ੁਰੂ ਕਰੀ ਫਿਰ ਉਸ ਤੋਂ ਬਾਅਦ ਲੋਚਨ ਵਾਲੇ ਪਾਸੇ ਗਏ ਹੁਣ ਦੁਬਾਰਾ ਫਿਰ ਤੁਸੀਂ ਸਿਰਜਣਾ ਵਾਲੇ ਪਾਸੇ ਮੁੜ ਰਹੇ ਹੋ ਜਿਹੜੀ ਸਿਰਜਣਾ ਦੀ ਕਿਤਾਬ ਆ ਰਹੀ ਹੈ ਤੁਹਾਡੀ ਉਹਦੇ ਬਾਰੇ ਵੀ ਥੋੜਾ ਜਿਹਾ ਦੱਸ ਦਿਓ ਕਿਹੜੀ ਕਿਤਾਬ ਆ ਨਾਮ ਡਿਸਾਈਡ ਹੋ ਗਿਆ ਨਹੀਂ ਨਾਮ ਨਹੀਂ ਮੇਰਾ ਡਿਸਾਈਡ ਹੋਇਆ ਮੈਂ ਆਪਣੀਆਂ ਜਿਹੜੀਆਂ ਕਵਤਾਵਾਂ ਹੁਣ ਤੱਕ ਲਿਖੀਆਂ ਆ ਮਸਲਨ ਮੈਂ ਫਾਲਿਕਲੋ ਇੱਕ ਦਿਨ ਮੈਂ ਕਵਤਾ ਲਿਖੀ ਮੈਨੂੰ ਹੋ ਗਏ ਲਗਭਗ 7-8 ਮਹੀਨੇ ਹੋ ਗਏ ਮੈਂ ਕਵਤਾ ਆਪਣੇ ਨਾਮਤਾਰੀ ਦੇ ਕਵਤਾ ਲਿਖੀ ਕਿ ਜਦੋਂ ਰਾਮਪਰਾ ਖੂਲ ਪੂਲ ਪਿੰਡ ਦੇ ਕੋਲੋਂ ਪਿੱਥੋ ਦੇ ਕੋਲੋਂ ਕੁਝ ਨਾਮਤਾਰੀ ਧਰਮ ਰਾਏਕੋਟ ਜਾਂਦੇ ਆ ਉੱਥੇ ਬੁਚੜ ਬੰਦ ਕਰ ਰਿਹਾ ਹੈ ਗਊਆਂ ਦਾ ਉਥੋਂ ਦੇ ਦੋ ਮੁੰਡੇ ਜਿਹੜੇ ਹੈਗੇ ਆ ਉਹ ਜਾਂਦੇ ਆ ਭੈਣੀ ਸਾਹਿਬ ਪਰ ਰਾਤ ਕੱਢਦੇ ਆ ਰਾਏਕੋਟ ਪਰ ਉੱਥੇ ਜਾ ਕੇ ਬੁਚਰਾਂ ਨੂੰ ਮਾਰਨਦੇ ਆ ਉੱਥੇ ਜਾ ਕੇ ਉਹਨੂੰ ਫਾਂਸੀ ਹੋ ਜਾਂਦੀ ਹੈ ਫਾਂਸੀ ਦੇਣ ਤੋਂ ਬਾਅਦ ਉਹਨਾਂ ਦੇ ਇਹਨਾਂ ਲਾਸ਼ਾਂ ਹਨ ਉਹ ਪਿੱਥੋਂ ਤੋਂ ਲਾ ਕੇ ਉਹਦਾ ਚਾਚਾ ਲੈ ਕੇ ਆਉਂਦਾ ਹੈਗਾ ਉਹ ਸਾਰੇ ਕੁਝ ਦਾ ਜਿਹੜਾ ਬਿਉਰਾ ਮੈਂ ਜਦੋਂ ਲਿਖਿਆ ਕਾ ਬੰਦ ਕੀਤਾ ਤਾ ਉਹਨਾਂ ਦੇ ਨਾਮਤਰਨ ਦੇ ਮੈਗਜ਼ੀਨ ਚ ਛਪਿਆ ਨਾਲ ਲੋਕਾਂ ਨੇ ਇਹ ਵੀ ਕਹਿ ਵੀ ਅਸਲ ਵਿੱਚ ਜਿਹੜੀ ਕਫਤਾ ਹੈਗੀ ਐ ਇੱਥੇ ਪਈ ਐ ਜਦੋਂ ਚਰਦੀਆਂ ਗਊਆਂ ਆ ਕੇ ਕਹਿੰਦੀਆਂ ਹੈ ਕਿ ਲਓ ਬਲਦੋ ਵੀਰੋ ਤੁਸੀਂ ਪਰੇ ਹੋ ਹੁਣ ਅਸੀਂ ਕੰਨਾ ਲਾਉਣਿਆ ਇਹਨਾਂ ਬੰਦਿਆਂ ਨੇ ਇਹਨਾਂ ਲਾਸ਼ਾਂ ਨੇ ਸਾਡੇ ਲਈ ਸਾਰਾ ਕੁਝ ਉੱਥੇ ਕੀਤਾ ਹੀ ਰਾਏਕੋਟ ਸੋ ਇਸ ਤਰ੍ਹਾਂ ਦੇ ਕਫਤਾ ਦੇ ਜਿਹੜੇ ਕੁਝ ਇਤਿਹਾਸਿਕ ਇਤਿਹਾਸਕ ਜਿਹੜੇ ਸਰੋਕਾਰ ਹੈ ਉਹ ਮੇਰੇ ਦਿਮਾਗ 'ਚ ਬੜੇ ਫਿਰਦੇ ਹੈਗੇ ਹੋਰ ਵਰਤਾਰੇ ਕਿੰਨੇ ਹੈਗੇ ਕਿੰਨੇ ਕਨਟਰਡਿਕਸ਼ਨ ਆ ਰਹੀਆਂ ਮੈਂ ਕੱਪਤਾ ਹੁਣ ਗਾਹੇ ਬਗਾਏ ਲਿਖਦਾ ਵੀ ਹੈਗਾ ਜੀ ਜੀ ਬਹੁਤ ਬਹੁਤ ਵਧੀਆ ਲੱਗਿਆ ਸਰ ਬਹੁਤ ਗੱਲਾਂ ਸੀ ਜਿਹੜੀਆਂ ਰਹਿ ਗਈਆਂ ਤੁਹਾਡੇ ਤੋਂ ਜਾਣਨੀਆਂ ਸੀ ਇਤਿਹਾਸ ਦੇ ਨਾਲ ਸੰਬੰਧਿਤ ਵੀ ਤੇ ਤੁਸੀਂ ਪਰ ਸਾਡੇ ਵਿੜੇ ਆਏ ਸਾਹਿਤ ਦੀ ਤੰਦ ਪਾਈ ਅਸੀਂ ਖੁਸ਼ੀ 'ਚ ਖੀਵੇਂ ਹਾਂ ਤੁਸੀਂ ਸਾਡੇ ਨਾਲ ਸਮਾਂ ਬਤਾਇਆ ਗੱਲਾਂ ਬਾਤਾਂ ਦੀ ਸਾਂਝ ਪਾਈ ਤੁਹਾਡਾ ਇੱਥੇ ਆਉਣ ਤੇ ਦਿਲ ਦੀਆਂ ਹਰਾਈਆਂ ਚੋਂ ਧੰਨਵਾਦ ਜੀ ਬਹੁਤ ਮਿਹਰਬਾਨੀ ਅਧੂਜੀ ਐਂ ਲੱਗਦਾ ਹੈ ਕਿ ਆਦਬ ਅੱਗੇ ਬੈਠਾ ਹੋਵੇ ਤੇ ਆਦਬ ਦੀਆਂ ਗੱਲਾਂ ਹੋਣ ਤਾਂ ਬਹੁਤ ਚੰਗਾ ਲੱਗਦਾ ਸ਼ੁਕਰੀਆ ਸ਼ੁਕਰੀਆ ਸੋ ਇਹ ਸਾਡੇ ਡਾਕਟਰ ਲਾਭ ਸਿੰਘ ਹੀਵਾ ਜੀ ਜਿਨ੍ਹਾਂ ਨੇ ਅਲੋਚਨਾ ਦੇ ਖੇਤਰ ਵਿੱਚ ਨਿਠਕੇ ਕੰਮ ਕੀਤਾ ਸੋ ਅੱਜ ਦੇ ਪ੍ਰੋਗਰਾਮ ਵਿੱਚ ਇਨਾਂ ਹੀ ਪ੍ਰੋਗਰਾਮ ਕਿਵੇਂ ਲੱਗਿਆ info@justbroadcasting.com ਤੇ ਲਿਖ ਕੇ ਸਾਨੂੰ ਸੁਨੇਹੇ ਭੇਜ ਸਕਦੇ ਹੋ। ਬਾਕੀ ਮੈਂ ਇਹੀ ਕਹੂੰਗਾ ਕਿ ਬੱਚਿਆਂ ਨੂੰ ਸਹਦ ਦੇ ਨਾਲ ਜੋੜੋ, ਸ਼ਬਦ ਦੇ ਨਾਲ ਜੋੜੋ, ਗੁਰਬਾਣੀ ਦੇ ਨਾਲ ਜੋੜੋ, ਆਪਣੀਆਂ ਜੜ੍ਹਾਂ ਦੇ ਨਾਲ ਜੋੜੋ। ਸੋ ਅੱਜ ਦੇ ਪ੍ਰੋਗਰਾਮ ਵਿੱਚ ਇਹਨਾਂ ਹੀ ਆਪਣਾ ਰੱਖੋ ਖਿਆਲ ਜੁੜੇ ਰਹੋ ਜਸ ਪੰਜਾਬੀ ਦੇ ਨਾਲ ਤੇ ਸਾਨੂੰ ਦਿਓ ਇਜਾਜ਼ਤ ਸਤਿ ਸ਼੍ਰੀ ਅਕਾਲ।